ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕੌਮਾਂਤਰੀ ਦਹਿਸ਼ਤਗਰਦ ਮਸੂਦ ਅਜ਼ਹਰ, ਹੁਣ ਇਹ ਕਿਹਾ ਜਾਵੇਗਾ, ਪਰ ਇਸ ਤੋਂ ਅੱਗੇ ਕੀ ਹੋਵੇਗਾ? ਅੱਗੇ ਕ੍ਰੈਡਿਟ ਵਾਰ ਸ਼ੁਰੂ ਹੋ ਚੁੱਕੀ ਹੈ ਕਿ ਅਸੀਂ ਬੈਨ ਕਰਵਾਇਆ, ਅਸੀਂ ਕਰਵਾਇਆ, ਸਾਰੇ ਆਪਦੇ ਕ੍ਰੈਡਿਟ ਵਾਰ ਵਿੱਚ ਰੁੱਝ ਗਏ ਹੈਗੇ। ਇਸ ਸਭ ਦੇ ਵਿਚਾਲੇ ਭਾਰਤ ਵਿੱਚ ਚੋਣਾਂ ਚੱਲ ਰਹੀਆਂ ਹੈਗੀਆਂ, ਚੋਣ ਪ੍ਰਚਾਰ ਚੱਲ ਰਿਹਾ, ਅਤੇ ਚੋਣ ਪ੍ਰਚਾਰ ਦੇ ਵਿਚਾਲੇ ਸਿਆਸਤ ਇਸ ਦੀ ਟਾਈਮਿੰਗ 'ਤੇ ਵੀ ਸਵਾਲ ਚੁੱਕਣ ਲੱਗ ਪਈ ਹੈ। ਸਵਾਲ ਕਾਂਗਰਸ ਇਹ ਵੀ ਚੁੱਕ ਰਹੀ ਹੈ ਕਿ 10 ਸਾਲ ਪਹਿਲਾਂ ਅਸੀਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਸੀ, ਹੁਣ ਜਾ ਕੇ ਉਸਦਾ ਅੰਜਾਮ ਹੋਇਆ, ਫਲ ਮਿਲਿਆ ਹੈਗਾ। ਬਹੁਤ ਸਾਰੇ ਸਵਾਲ ਹੈਗੇ ਆ, ਅਸੀਂ ਕੁਝ ਸਵਾਲ ਪੁੱਛਾਂਗੇ। ਮਸੂਦ ਅਜ਼ਹਰ 'ਤੇ ਕ੍ਰੈਡਿਟ ਵਾਰ ਕਿਉਂ? ਟੂ ਦਾ ਪੁਆਇੰਟ ਵਿੱਚ ਅੱਜ ਜਿਹੜੇ ਪੁਆਇੰਟ ਚੁੱਕੇ ਜਾਣੇ ਹੈਗੇ, ਤੁਹਾਨੂੰ ਦੱਸ ਦਈਏ, ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ 'ਤੇ ਵਾਰ ਪਲਟਵਾਰ ਸ਼ੁਰੂ ਹੋ ਚੁੱਕਿਆ। ਪਾਕਿਸਤਾਨ ਤੋਂ ਚੀਨ ਤੱਕ ਅਤੇ ਭਾਰਤ ਤੋਂ ਅਮਰੀਕਾ ਤੱਕ ਬਿਆਨਬਾਜ਼ੀਆਂ ਜਾ ਰਹੀ ਹੈ। ਚੀਨ ਦੇ ਵੀਟੋ ਹਟਾਉਣ ਤੋਂ ਬਾਅਦ ਮਸੂਦ ਅਜ਼ਹਰ 'ਤੇ UN ਨੇ ਪਾਬੰਦੀ ਲਾਈ ਹੈ। ਪਾਕਿਸਤਾਨ ਦਾ ਦਾਅਵਾ, ਅਸੀਂ ਆਪਣੀਆਂ ਸ਼ਰਤਾਂ ਮਨਵਾਉਣ 'ਚ ਕਾਮਯਾਬ ਰਹੇ ਹਾਂ। ਅਮਰੀਕਾ ਦਾਅਵਾ ਕਰ ਰਿਹਾ ਕਿ ਅੱਤਵਾਦ ਖਿਲਾਫ਼ ਕੌਮਾਂਤਰੀ ਭਾਈਚਾਰੇ ਅਤੇ ਅਮਰੀਕੀ ਕੂਟਨੀਤੀ ਜਿੱਤ ਹੋਈ ਹੈ, ਮਾਈਕ ਪੋਂਪੀਓ ਕਹਿ ਰਹੇ ਹੈ। ਅਜੇ ਤਾਂ ਸ਼ੁਰੂਆਤ ਹੈ, ਅੱਗੇ ਅੱਗੇ ਦੇਖੋ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹੈ ਭਾਰਤ 'ਚ ਕ੍ਰੈਡਿਟ ਵਾਰ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਨੇ ਹੋਰਨਾਂ ਵਿਰੋਧੀਆਂ ਨੇ ਸਵਾਲ ਚੁੱਕ ਦਿੱਤੇ ਆ, ਕੋਈ ਟਾਈਮਿੰਗ 'ਤੇ ਸਵਾਲ ਚੁੱਕ ਰਿਹਾ, ਕੋਈ ਕਹਿੰਦਾ ਸਾਨੂੰ ਪਤਾ ਕਿਉਂ ਹੋਇਆ, ਕੋਈ ਕਹਿੰਦਾ ਕਿ ਪਾਕਿਸਤਾਨ ਨਾਲ ਤੁਹਾਡੀ ਜਾ ਰਹੀ ਹੈ। ਬਹੁਤ ਸਾਰੇ ਇਹੋ ਜਿਹੇ ਸਵਾਲ ਆਉਣੇ ਸ਼ੁਰੂ ਹੋ ਚੁੱਕੇ ਆ, ਅਤੇ ਬਿਆਨਬਾਜ਼ੀ ਕੀ ਹੋ ਰਹੀ ਹੈ ਪਹਿਲਾਂ ਸੁਣ ਲਈਏ। ਮਸੂਦ ਅਜ਼ਹਰ ਕੋ ਸੰਯੁਕਤ ਰਾਸ਼ਟਰ ਦੁਆਰਾ ਆਤੰਕਵਾਦੀ ਘੋਸ਼ਿਤ ਕਰਨੇ ਪਰ ਆਖਿਰਕਾਰ ਵਿਸ਼ਵ ਮੈਂ ਸਹਿਮਤੀ ਬਣੀ, ਯਹ ਸੰਤੋਸ਼ ਕਾ ਵਿਸ਼ਾ ਹੈ। ਦੇਰ ਆਏ ਦੁਰਸਤ ਆਏ, ਆਤੰਕਵਾਦ ਕੇ ਖਿਲਾਫ ਸੰਘਰਸ਼ ਮੈਂ ਔਰ ਆਤੰਕਵਾਦ ਕੋ ਜੜ ਸੇ ਉਖਾੜਨੇ ਕੇ ਲੀਏ ਲੰਬੇ ਸਮੇਂ ਸੇ ਭਾਰਤ ਜੋ ਪ੍ਰਯਾਸ ਕਰ ਰਹਾ ਥਾ, ਯੇ ਉਸਕੀ ਬਹੁਤ ਬੜੀ ਸਫਲਤਾ ਹੈ। All self-determination and were thus rejected by Pakistan, which has always maintained that resolution of any listing issue should be by consensus through objective dialogue and consultations within the 1267 committee framework and most importantly without politicization. Over the last few years, many states including Pakistan have been concerned at an increasing trend of politicization of this committee. ਸਵਾਲ ਕਿਉਂ ਪੁੱਛਾਂਗੇ? ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਮਸੂਦ ਅਜ਼ਹਰ ਸਣੇ ਬਾਕੀ ਦੇ ਕੌਮਾਂਤਰੀ ਦਹਿਸ਼ਤਗਰਦਾਂ 'ਤੇ ਲੱਕੀ ਪਾਬੰਦੀ ਦਾ ਅੰਜਾਮ ਕੀ ਹੈਗਾ? ਬਾਕੀ ਹੋਰ ਵੀ ਕੌਮਾਂਤਰੀ ਦਹਿਸ਼ਤਗਰਦ ਐਲਾਨੇ ਜਾ ਚੁੱਕੇ ਆ, ਉਹਨਾਂ ਦਾ ਅੰਜਾਮ ਕੀ ਹੋਇਆ, ਉਹਦੇ ਵਿੱਚ ਹਾਫਜ਼ ਸਈਦ ਦਾ ਨਾਮ ਵੀ ਹੈਗਾ ਅਤੇ ਹੋਰ ਵੀ ਤਕਰੀਬਨ 422 ਨੰਬਰ ਹੈਗਾ ਮਸੂਦ ਅਜ਼ਹਰ ਦਾ। ਬਾਕੀ ਡਿਬੇਟ ਕਰਾਂਗੇ, ਬਹਿਸ ਕਰਾਂਗੇ, ਉਹਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ, ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਵਿਕਰਮਜੀਤ ਸਿੰਘ ਖਰਾ ਨੂੰ ਭਾਰਤ ਪਾਕਿਸਤਾਨ ਦੀ ਪਾਲਿਸੀ ਬਾਰੇ ਅਤੇ ਭਾਰਤ ਅਮਰੀਕਾ ਤੋਂ UN ਤੱਕ ਅਤੇ ਚਾਈਨਾ ਪਾਕਿਸਤਾਨ ਦੀ ਸਾਂਝ ਤੱਕ ਸਾਰੀ ਸਿਆਸਤ ਦੀ ਸਮਝ ਹੈਗੀ, ਇਸ ਕਰਕੇ ਇਹਨਾਂ ਨੂੰ ਸੱਦਿਆ। ਵਿਕਰਮਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਇਹ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ, ਪੋਲੀਟੀਕਲ ਸਾਇੰਸ ਨੂੰ ਚੰਗੀ ਤਰ੍ਹਾਂ ਸਮਝਦੇ ਆ ਅਤੇ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਇਹ ਭਾਰਤ ਦੀ ਸਿਆਸਤ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਆ ਕਿ ਅਮਰੀਕਾ, ਚੀਨ, ਪਾਕਿਸਤਾਨ ਕਰਦਾ ਕੀ ਹੈਗਾ ਅਤੇ ਪਾਕਿਸਤਾਨ ਇਸ ਮੁੱਦੇ 'ਤੇ ਆਪਦੇ ਆਪ ਨੂੰ ਬੈਕਫੁੱਟ 'ਤੇ ਸਮਝਦਾ ਕਿਉਂ ਨਹੀਂ ਪਿਆ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ, ਤੁਹਾਡਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਰਜੀਤ ਸਿੰਘ ਭੁੱਲਰ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ। ਭੁੱਲਰ ਸਾਹਿਬ ਲਈ ਇਹ ਡਿਬੇਟ ਥੋੜ੍ਹੀ ਜਿਹੀ ਔਖੀ ਵੀ ਹੋ ਸਕਦੀ ਹੈ ਅਤੇ ਕੇਵਲ ਚਿੰਗਰਾ ਲਈ ਵੀ ਔਖੀ ਹੋ ਸਕਦੀ ਹੈ। ਕਾਂਗਰਸ ਦੇ ਬੁਲਾਰੇ ਆ ਕੇਵਲ ਚਿੰਗਰਾ, ਤੁਹਾਡਾ ਵੀ ਬਹੁਤ ਸਵਾਗਤ ਹੈ ਅਤੇ ਕਿਉਂਕਿ ਜਵਾਬ ਦੇਣੇ ਪੈਣੇ ਆ ਇਹਦੇ ਨਾਲ ਕਿ ਦਹਿਸ਼ਤਗਰਦੀ ਦਾ ਖਾਤਮਾ ਹੋ ਜਾਵੇਗਾ। ਇਹ ਦੋਨੋਂ ਪਾਰਟੀਆਂ ਤੋਂ ਸਵਾਲ ਲਵਾਂਗੇ, ਦੋਨੋਂ ਪਾਰਟੀਆਂ ਦੇਸ਼ ਦੀਆਂ ਵੱਡੀਆਂ ਪਾਰਟੀਆਂ। ਸਭ ਤੋਂ ਪਹਿਲਾਂ ਸਵਾਲ ਭੁੱਲਰ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਭੁੱਲਰ ਸਾਹਿਬ, ਇਹ ਮਸੂਦ ਅਜ਼ਹਰ 'ਤੇ ਜਿਹੜਾ ਬੈਨ ਲੱਗਿਆ ਹੈਗਾ, ਇਹ ਬੈਨ ਦੇ ਨਾਲ ਅਸੀਂ ਉਹ ਸਭ ਕੁਝ ਭੁੱਲ ਜਾਈਏ ਜੋ ਨਕਸਲ ਅਟੈਕ ਹੋਇਆ, ਪੁਲਵਾਮਾ ਅਟੈਕ ਹੋਇਆ, ਇਸ ਤੋਂ ਪਹਿਲਾਂ ਪਠਾਨਕੋਟ, ਉਰੀ, ਅਸੀਂ ਸਭ ਕੁਝ ਭੁੱਲ ਜਾਈਏ? ਦੇਖੋ, ਕੁਛ ਵੀ ਚੀਜ਼ ਭੁੱਲੀ ਨਹੀਂ ਜਾ ਸਕਦੀ। ਜਦੋਂ ਕਿਸੇ ਚੀਜ਼ ਮਾੜੀ ਹੋਈ ਹੋਵੇ, ਚਾਹੇ ਉਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੋਈ ਹੋਵੇ, ਚਾਹੇ ਕਿਸੇ ਕੰਟਰੀ ਦੇ ਨਾਲ ਹੋਈ ਹੋਵੇ, ਉਹ ਭੁੱਲੀ ਨਹੀਂ ਜਾ ਸਕਦੀ। ਲੇਕਿਨ ਜਿਹੜਾ ਇਹਨਾਂ ਚੀਜ਼ਾਂ ਦੇ ਪਿੱਛੇ ਇੱਕ ਦਿਮਾਗ ਚੱਲ ਰਿਹਾ ਸੀਗਾ, ਅਗਰ ਅੱਜ ਉਹਦੇ 'ਤੇ ਬੈਨ ਲੱਗਿਆ ਔਰ ਪਾਕਿਸਤਾਨ ਨੂੰ ਬੈਕਫੁੱਟ 'ਤੇ ਆਉਣਾ ਪਿਆ, ਇਹ ਇੱਕ ਸ਼ਲਾਘਾਯੋਗ ਕਦਮ ਹੈ ਕਿ ਜਿਹਦੇ 'ਚ ਬਾਕੀ ਲੋਕਾਂ ਨੂੰ ਇੱਕ ਮੈਸੇਜ ਗਿਆ ਹੈ ਕਿ ਹੁਣ ਉਨਾ ਸੌਖਾ ਕੰਮ ਨਹੀਂ ਰਹੇਗਾ ਕਿਤੇ ਵੀ ਅਟੈਕ ਕਰਨਾ, ਜਾਂ ਜਿਹੜੀ ਉਹਨਾਂ ਦੀ ਇੱਕ ਐਕਟੀਵਿਟੀਜ਼ ਚੱਲ ਰਹੀਆਂ ਸੀ ਉਹਨਾਂ ਨੂੰ ਬਹੁਤ
ਸੌਖੇ ਤਰੀਕੇ ਨਾਲ ਕਰੀ ਜਾਂਦੇ ਸੀਗੇ ਉਹ ਨਹੀਂ ਹੋਊਗੀਆਂ, ਉਹਨਾਂ 'ਤੇ ਕਿਤੇ ਨਾ ਕਿਤੇ ਰੋਕ ਜ਼ਰੂਰ ਲੱਗੀ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੌਲੀ ਹੌਲੀ ਜਿਹੜੀ ਹੈਗੀ ਹੈ ਹੋਰ ਵੀ ਜ਼ਿਆਦਾ ਉਹਨਾਂ ਲਈ ਔਖਾ ਆਉਣ ਵਾਲਾ ਸਮਾਂ ਆਉਣ ਵਾਲਾ। ਤੁਹਾਨੂੰ ਲੱਗਦਾ ਕਿ ਟੈਰਰਿਜ਼ਮ 'ਤੇ ਰੋਕ ਲੱਗ ਜੂਗੀ? ਦੇਖੋ ਮੇਰੀ ਗੱਲ ਸੁਣੋ, ਉਹ 'ਤੇ ਬਿਨ ਲਾਡਨ ਦੇ ਮਰਨ ਨਾਲੋਂ ਹੀ ਨਹੀਂ ਲੱਗੀ। ਜਿਹੜਾ ਟੈਰਰਿਜ਼ਮ ਹੈ ਬੇਸਿਕਲੀ ਇਹ ਇੱਕ ਬਿਜ਼ਨਸ ਹੈ ਅੱਜ ਡੇਟ 'ਚ, ਔਰ ਇਹਨੂੰ ਕੁਛ ਅਮਰੀਕਾ ਨੇ ਤਾਂ ਲਾਤੀ, ਅਮਰੀਕਾ 'ਚ ਤਾਂ ਉਦੋਂ ਬਾਅਦ ਹਮਲਾ ਨਹੀਂ ਹੋਇਆ ਕੋਈ। ਗੱਲ ਇਹ ਕਿ ਚੋਲਰ ਸਾਹਿਬ ਉਹ ਅਗਲਿਆਂ ਦੀ ਰਣਨੀਤੀ ਬਦਲਦੇ ਪਏ ਆ, ਤੁਸੀਂ ਕਹਿ ਰਹੇ ਹੋ ਤੁਸੀਂ ਐਗਜ਼ਾਮਪਲ ਕੀ ਦੇ ਰਹੇ ਹੋ? ਐਗਜ਼ਾਮਪਲ ਕੀ ਦੇ ਰਹੇ ਹੋ? ਉਸਾਮਾ ਬਿਨ ਲਾਦਨ ਦੀ, ਉਸਾਮਾ ਬਿਨ ਲਾਦਨ ਨੂੰ ਉਹਨਾਂ ਨੇ ਘਰੇ ਜਾ ਕੇ ਮਾਰਿਆ ਸੀਗਾ। ਕੋਲਰ ਸਾਹਿਬ ਜਿਹੜਾ ਤੁਸੀਂ ਆਰਗੂਮੈਂਟ ਦਿੱਤਾ ਹੈ, ਉਸਾਮਾ ਬਿਨ ਲਾਦਨ ਉਹਨਾਂ ਘਰੇ ਜਾ ਕੇ ਮਾਰਿਆ ਸੀ, ਤੁਸੀਂ ਆਪਦੇ ਮੈਨੀਫੈਸਟੋ ਵਿੱਚ ਵੱਡੇ ਵੱਡੇ ਦਾਅਵੇ ਕਰਦੇ ਹੋ, ਤੁਸੀਂ ਚੋਣ ਰੈਲੀਆਂ ਵਿੱਚ ਦਾਅਵੇ ਕਰਦੇ ਹੋ, ਤੁਸੀਂ ਦਾਊਦ ਨੂੰ ਲਿਆਉਣ ਦੀ ਗੱਲ ਕਰਦੇ ਸੀ, ਹਾਫਿਜ਼ ਸਾਹਿਬ ਨੂੰ ਲਿਆਉਣ ਦੀ ਗੱਲ ਕਰਦੇ ਸੀ, ਕਿੱਥੇ ਗਏ ਤੁਹਾਡੇ ਵਾਦੇ? ਅਮਰੀਕਾ ਨਾਲ ਜਿਹੜਾ ਤੁਸੀਂ ਕੰਪੈਰੀਜ਼ਨ ਕਰ ਰਹੇ ਹੋ, ਤੁਸੀਂ ਕੀਤਾ ਮੈਂ ਨਹੀਂ ਕੀਤਾ। ਅਮਰੀਕਾ ਦੇ ਵਿੱਚ ਅਗਰ ਕਿਸੇ ਮੁਹੰਮਦਨ ਦੇ ਕੱਪੜੇ ਲਵਾ ਕੇ ਉਹਦੀ ਤਲਾਸ਼ੀ ਲਈ ਜਾਵੇ, ਉੱਥੇ ਕੋਈ ਕੁਐਸਚਨ ਨਹੀਂ ਹੈ, ਜਾਂ ਉਹਨੂੰ ਏਅਰਪੋਰਟ ਤੋਂ ਡਿਪੋਰਟ ਕਰ ਦਿੱਤਾ ਜਾਵੇ। ਜੀ ਸਿਆਸਤ ਕਰਦੇ ਪਏ ਹੋ ਹਰਜੀਤ ਪੁਲਰ ਸਾਹਿਬ, ਹਰਜੀਤ ਪੁਲਰ ਸਾਹਿਬ ਕਿਹੋ ਜੀ ਸਿਆਸਤ ਕਰਦੇ? ਨਹੀਂ ਮੈਂ ਇਹੋ ਜੀ ਸਿਆਸਤ ਨਹੀਂ ਹੁੰਦਾ, ਤੁਸੀਂ ਤਾਂ ਸਾਡੀ ਸੰਸਕ੍ਰਿਤੀ ਨੂੰ ਕਾੜਦੇ ਪਏ ਹੋ। ਇੱਥੇ ਤੁਸੀਂ ਮੁਹੰਮਦਨ ਸ਼ਬਦ ਕਿਉਂ ਵਰਤ ਰਹੇ ਹੋ? ਪੁਲਰ ਸਾਹਿਬ ਟੈਰਰਿਜ਼ਮ ਕੌਣ ਕਰ ਰਿਹਾ? ਪੁਲਰ ਸਾਹਿਬ ਟੈਰਰਿਜ਼ਮ ਕੌਣ ਕਰ ਰਿਹਾ? ਤੁਸੀਂ ਉਹਨਾਂ ਨੂੰ ਸਾਡੀ ਗੱਡੀਆਂ ਲੱਗੇ ਹੋ? ਟੈਰਰਿਸਟ ਕੌਣ ਕਰ ਰਿਹਾ? ਟੈਰਰਿਸਟ ਵੰਡਣ ਦੀ ਸਿਆਸਤ ਕਰੀ ਜਾਂਦੇ ਹੋ? ਅੱਤਵਾਦੀ ਕਰ ਰਹੇ ਹੋ ਸਰ, ਪਰ ਹਾ ਟੈਰਰਿਜ਼ਮ ਟੈਰਰਿਸਟ ਹੈ ਕੌਣ? ਅੱਤਵਾਦੀ ਦਾ ਕੋਈ ਧਰਮ ਨਹੀਂ। ਕਿਉਂ ਨਹੀਂ? ਅੱਤਵਾਦ ਦਾ ਕੋਈ ਧਰਮ ਨਹੀਂ ਹੈਗਾ। ਅੱਜ ਇੱਥੇ ਅਸੀਂ ਸਾਡੀ ਗੱਲ ਕਰਦੇ ਹਾਂ, ਆਹੀ ਚੀਜ਼ ਹੈ, ਆਹੀ ਚੀਜ਼ ਹੈ, ਚਾਹੇ ਓਪੋਜੀਸ਼ਨ ਹੈ ਜਾਂ ਐਸੇ ਇੰਟੈਲੈਕਚੁਅਲ ਨੇ, ਇਹ ਲੋਕ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਵੀ ਉਹਨਾਂ ਉੱਤੇ ਕਿਉਂ ਤੁਸੀਂ ਪਾ ਰਹੇ ਹੋ? ਨਹੀਂ ਪੁੱਲਰ ਸਾਹਿਬ, ਤੁਸੀਂ ਪ੍ਰੈਸ ਮੰਜੀ ਨੂੰ ਜੋ ਮਰਜ਼ੀ ਨਿੰਦ ਲਓ, ਮੈਂ ਤਾਂ ਬੜੀ ਸਿੱਧੀ ਗੱਲ ਕਹਿ ਰਿਹਾ, ਇਸ ਮੰਚ ਤੋਂ ਇਹ ਜਾਤ ਪਾਤ ਵਾਲੀ ਨਫ਼ਰਤ ਵਾਲੀ ਰਾਜਨੀਤੀ ਮੈਂ ਨਹੀਂ ਕਰਨ ਦਊਗਾ। ਗੱਲ ਇਸ ਤਰ੍ਹਾਂ, ਅਸੀਂ ਕੋਈ ਜਾਤ ਪਾਤ ਵਾਲੀ ਰਾਜਨੀਤੀ ਕਰ ਰਹੇ ਹੋ? ਤੁਸੀਂ ਕਰ ਰਹੇ ਹੋ? ਲੇਕਿਨ ਇਹ ਦੱਸੋ ਤੁਸੀਂ ਅੱਤਵਾਦ ਦਾ ਧਰਮ ਦਾ ਪੁੱਲਰ ਸਾਹਿਬ, ਪੁੱਲਰ ਸਾਹਿਬ ਬਿਨਾਂ ਟੈਰਰਿਸ ਫੜਾਇਆ ਜਾਂਦਾ ਮੁਸਲਿਮ ਕਿਉਂ ਹੈ? ਸਾਡੇ ਦਰਸ਼ਕਾਂ ਨੂੰ ਕੋਈ ਸਮਝ ਨਹੀਂ ਆਊਗਾ, ਮੈਨੂੰ ਇਹ ਵਿਅਕਤੀ ਸਮਝਾ ਦਿਓ, ਅੱਤਵਾਦ ਦਾ ਧਰਮ ਹੁੰਦਾ? ਅੱਤਵਾਦ ਦਾ ਧਰਮ ਨਹੀਂ ਹੁੰਦਾ, ਲੇਕਿਨ ਜਿਹੜਾ ਵੀ ਅੱਤਵਾਦੀ ਫੜਿਆ ਜਾਂਦਾ ਉਹ ਮੁਸਲਿਮ ਕਿਉਂ ਹੈ? ਮੈਂ ਤਾਂ ਇਸ ਸਵਾਲ ਦਾ ਜਵਾਬ ਦੇ ਦੋ ਮੈਨੂੰ ਤੁਸੀਂ। ਨਹੀਂ, ਆਈ ਥਿੰਕ ਅੱਜ ਜੇ ਹਿੰਦੁਸਤਾਨੀ ਫੜਿਆ ਜਾਂਦਾ ਅੱਤਵਾਦ, ਅੱਜ ਅਗਰ ਸ਼੍ਰੀਲੰਕਾ ਜਿਹੜੀ ਹੈ ਇਹਦੇ ਵੀ ਪੁੱਛਣਾ ਚਾਹੀਦਾ, ਅੱਜ ਅਗਰ ਸ਼੍ਰੀਲੰਕਾ 'ਚ ਵੀ ਅਟੈਕ ਹੋਇਆ, ਲੰਡਨ 'ਚ ਅਟੈਕ ਹੋਇਆ, ਜਰਮਨੀ 'ਚ ਅਟੈਕ ਹੋਇਆ, ਨਿਊਜ਼ੀਲੈਂਡ ਦਾ, ਨਿਊਜ਼ੀਲੈਂਡ ਨੂੰ ਛੱਡ ਦਿਓ ਤੁਸੀਂ, ਇੱਕ ਕੇਸ ਹੈ। ਚਲੋ ਠੀਕ ਹੈ, ਚਲੋ ਤੁਹਾਡਾ ਆਰਗੂਮੈਂਟ ਆ ਗਿਆ, ਪੁੱਲਰ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ। ਕਿਸੀ ਕਮਿਊਨਿਟੀ ਜਾਂ ਕਲਚਰ ਨਾਲ ਐਸੋਸੀਏਟ ਨਹੀਂ ਕਰਨਾ ਚਾਹੀਦਾ, ਆਪਣੇ ਪ੍ਰਾਈਮ ਮਿਨਿਸਟਰ ਨੇ ਮਿਸਟਰ ਮੋਦੀ ਨੇ ਕੀਤੀ ਹੈ। ਦੇਖੋ ਟੈਰਰਿਜ਼ਮ ਦੀ ਗੱਲ ਆਉਂਦੀ ਹੈ, ਨਿਊਜ਼ੀਲੈਂਡ ਦਾ ਫਰੈਸ਼ ਅਟੈਕ ਹੈ, ਵਾਈਟ ਸੁਪਰੇਮਿਸਟ ਜਿਹਨੂੰ ਕਹਿੰਦੇ ਨੇ, ਖਾਲਿਸਤਾਨੀ ਟੈਰਰਿਸਟ ਰਹੇ ਨੇ, ਬੰਬ ਸੁੱਟੇ ਉਹਨਾਂ ਨੇ ਲੋਕਾਂ ਨੂੰ ਮਾਰਿਆ, ਉਹ ਸਰਦਾਰ ਆਪਣੇ ਆਪ ਨੂੰ ਸਿੱਖ ਕਹਿੰਦੇ ਸੀ, ਵੈਰੀ ਅਨਫੋਰਚੁਨੇਟਲੀ, ਠੀਕ ਹੈ ਜੀ। ਤੁਹਾਡੇ ਕ੍ਰਿਸਚਨ ਬਾਸ ਟੈਰਰਿਸਟ ਰਹੇ ਨੇ ਹੈਗੇ, ਤੁਹਾਡੇ LTT ਗੁਰੇਲਾਜ਼ ਰਹੇ ਨੇ, ਉਹਨਾਂ ਨੇ ਟੈਰਰਿਜ਼ਮ ਬੰਬਸ ਉਡਾਏ ਨੇ, ਰਾਜੀਵ ਗਾਂਧੀ ਨੂੰ ਉਹਨਾਂ ਨੇ ਮਾਰਿਆ ਸੀਗਾ। ਸੋ ਟੂ ਲੇਬਲ ਵਨ ਕਮਿਊਨਿਟੀ ਆਈ ਥਿੰਕ ਇਜ਼ ਵੈਰੀ ਅਨਫੋਰਚੁਨੇਟ। ਵਿਕਰਮ ਜੀ, ਸਾਨੂੰ ਇਸ ਗੱਲ ਤੇ ਜਾਣਾ ਚਾਹੀਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੈਗਾ। ਔਰ ਮਾਲੇਗਾਉਂ ਵਿੱਚ ਇਹਨਾਂ ਦੀ ਆਪਣੀ ਸਾਧਵੀ ਪ੍ਰਗਿਆ ਠਾਕੁਰ, ਜਿਹਨਾਂ ਨੂੰ ਇਹਨਾਂ ਨੇ MP ਦੀ ਟਿਕਟ ਦਿੱਤੀ ਹੈ, ਉਹ ਆਪ ਸ਼ੀ ਇਜ਼ ਅਕਿਊਜ਼ਡ ਇਨ ਟੈਰਰਿਸਟ ਬਲਾਸਟ, ਦਾ ਕੋਰਟ ਹੈਜ਼ ਅਕਿਊਜ਼ਡ ਹਰ, ਨਾਟ NIA, ਦਾ ਕੋਰਟ ਹੈਜ਼ ਅਕਿਊਜ਼ਡ। ਸੋ ਆਈ ਥਿੰਕ ਦੈਟ ਇਜ਼ ਸ਼ੁੱਡ ਬੀ ਜਸਟ ਪੁੱਟ ਟੂ ਰੈਸਟ, ਟੂ ਪੁੱਟ ਇੰਨਾ ਇੱਕ ਕਮਿਊਨਿਟੀ ਨੂੰ ਕਿ ਮੁਹੰਮਦ ਨਹੀਂ ਸਾਰੇ ਨੇ, ਤੁਹਾਡੇ ਆਪਣੇ ਬੰਦੇ ਨੇ, ਆਪਣੇ ਆਪ ਆਪਾਂ ਡਿਬੇਟ 'ਤੇ ਆਈਏ। ਵਿਕਰਮ ਜੀ, ਮੇਰਾ ਸਵਾਲ ਇਹ ਹੈਗਾ, ਪਾਕਿਸਤਾਨ ਜਦੋਂ ਇਹ ਬਿਆਨ ਦਿੰਦਾ ਹੈ ਕਿ ਅਸੀਂ ਆਪਣੀਆਂ ਸ਼ਰਤਾਂ ਮਨਵਾਉਣ 'ਚ ਕਾਮਯਾਬ ਰਹੇ ਹਾਂ, ਨਾਲ ਉਹ ਪੁਲਵਾਮਾ ਦਾ ਵੀ ਜ਼ਿਕਰ ਕਰਦਾ ਹੈ, ਉਸ ਦਾ ਮਤਲਬ ਕੀ ਹੈ? ਦੇਖੋ, ਪਾਕਿਸਤਾਨ ਔਰ ਚਾਈਨਾ ਨੇ ਇਸ ਮਸੂਦ ਅਜ਼ਹਰ ਦੀ ਲਿਸਟਿੰਗ ਬਿਫੋਰ UN 1267 ਕਮੇਟੀ ਅਗਰੀ ਕਰ ਗਏ ਸੀ, ਪਰ ਉਹਨਾਂ ਨੇ ਇੱਕ ਸ਼ਰਤ ਪਾਈ। ਉਹਨੇ ਕਿਹਾ ਕਿ ਮਸੂਦ ਅਜ਼ਹਰ ਨੂੰ ਤੁਸੀਂ ਪੁਲਵਾਮਾ ਜਾਂ ਕਸ਼ਮੀਰ ਨਾਲ ਡੀਲਿੰਕ ਕਰੋ, ਅਗਰ ਤੁਸੀਂ ਡੀਲਿੰਕ ਕਰਦੇ ਹੋ ਫਿਰ ਅਸੀਂ ਲਿਸਟਿੰਗ 'ਤੇ ਅਗਰੀਏਬਲ ਹੋ ਜਾਵਾਂਗੇ। ਸੋ ਟੂ ਦੈਟ ਐਕਸਟੈਂਟ ਪਾਕਿਸਤਾਨ ਸਕਸੀਡਿਡ, ਕਿਉਂਕਿ ਉਹਨਾਂ ਨੂੰ ਇੱਕ ਫੇਸ ਸੇਵਰ ਚਾਹੀਦਾ ਸੀ, ਚਾਈਨਾ ਨੂੰ ਵੀ ਫੇਸ ਸੇਵਰ ਚਾਹੀਦਾ ਸੀਗਾ, ਕਿਉਂਕਿ ਚਾਈਨਾ ਆਪਣੀ ਸਟੇਟਮੈਂਟ ਵਿੱਚ ਇਹੀ ਕਹਿ ਰਿਹਾ ਹੈ ਕਿ ਪਾਕਿਸਤਾਨ ਨੇ ਟੈਰਰਿਜ਼ਮ ਦੇ ਖਿਲਾਫ ਬੜੀ ਵੱਡੀ ਲੜਾਈ ਲੜ ਰਹੀ ਹੈ। ਸੋ ਉਹਨਾਂ ਨੂੰ ਵੀ ਇੱਕ ਫੇਸ ਸੇਵਰ ਮਿਲ ਗਿਆ ਚਾਈਨਾ ਨੂੰ ਕਿ ਮਸੂਦ ਅਜ਼ਹਰ ਔਰ ਕਸ਼ਮੀਰ ਔਰ ਪੁਲਵਾਮਾ ਦੇ ਨਾਲ ਡੀਲਿੰਕ ਹੋ ਗਿਆ। ਔਰ ਉਹਦੇ ਨਾਲ ਇਹ ਵੀ ਥੋੜ੍ਹਾ ਮੁਸ਼ਕਲ ਹੋ ਗਿਆ ਭਾਰਤ ਲਈ ਪ੍ਰੂਵ ਕਰਨਾ ਕਿ ਜੈਸ਼ ਏ ਮੁਹੰਮਦ ਪਾਕਿਸਤਾਨ ਕਸ਼ਮੀਰ ਵਿੱਚ ਦੰਗੇ ਕਰਵਾ ਰਿਹਾ। ਸੋ ਪਾਕਿਸਤਾਨ ਦਾ ਇਹ ਸਟੈਂਡ ਹੈ ਕਿ ਕਸ਼ਮੀਰ ਵਿੱਚ ਤਾਂ ਲੋਕ ਇੰਡੀਜਨਸ ਜਿਹਨੂੰ ਕਹਿੰਦੇ ਨੇ, ਉਹ ਅਪਰਾਈਜ਼ਿੰਗ ਹੋ ਰਹੀ ਹੈ, ਸਾਡਾ ਕੋਈ ਰੋਲ ਨਹੀਂ ਹੈ। ਸੋ ਟੂ ਦੈਟ ਐਕਸਟੈਂਟ ਪਾਕਿਸਤਾਨ ਦੀ ਸਕਸੈਸ ਮਿਲੀ, ਬਟ ਐਟ ਦ ਸੇਮ ਟਾਈਮ ਮਸੂਦ ਅਜ਼ਹਰ ਦੀ ਲਿਸਟਿੰਗ ਇਜ਼ ਐਨ ਇੰਪੋਰਟੈਂਟ ਸਟੈਪ ਟੂਵਰਡਸ ਐਂਟੀ ਟੈਰਰਿਜ਼ਮ ਔਰ ਕਾਊਂਟਰ ਟੈਰਰਿਜ਼ਮ ਦਾ ਵਰਲਡ। ਕਿਉਂ? ਕਿਉਂਕਿ ਇਹਦੇ ਵਿੱਚ ਆਲਮੋਸਟ ਇੰਟਾਇਰ ਗਲੋਬਲ ਕੰਸੈਂਸਸ ਵਾਜ਼ ਰਿਪ੍ਰਜੈਂਟਡ ਕਿ ਮਸੂਦ ਅਜ਼ਹਰ ਨੂੰ ਅਸੀਂ ਟੈਰਰਿਸਟ ਲਿਸਟ ਕਰਨਾ ਹੈ, ਔਰ ਉਹਦੇ ਵਿੱਚ ਚਾਹੇ ਜੋ ਮਰਜ਼ੀ ਕਹਿ ਲਓ, ਲਿਸਟਿੰਗ ਆਫ ਮਸੂਦ ਅਜ਼ਹਰ ਵਿਲ ਮੇਕ ਇਟ ਡਿਫੀਕਲਟ ਫਾਰ ਪਾਕਿਸਤਾਨ ਟੂ ਸਪੋਰਟ ਹਿਮ ਓਪਨਲੀ।
और वह हौली हौली चलता रहा। जब मोदी साहब की सरकार आई उस जैश के काफ़ी व्डे हमले हुए तो इन्होंने मोदी साहब की डिप्लोमेसी ने काफ़ी इनू प्रोएक्टिव स्टैंस लैके इनू यूएन भी चक्या और दूजे नेशनज नाल कोलैबरेट करके इनू लिस्टिंग कराने की कोशिश की। तो फॉर्चुनेटली एट दिस पॉइंट ऑफ टाइम चाइना नू भी बड़ी वड्डियां कंपल्शन ने कि वह मसूद अजहर नू लिस्ट करना, वह जियोपोलिटिकल जियो इकोनॉमिक कंपल्शन ने विच इज़ अ सैपरेट डिस्कशन कि चाइना ने क्यों अग्री करा। बट ये प्रीसीडेंट भी है, तुहानू याद होएगा कि दो साल पहले जिहड़ा फाइनैंशियल एक्शन टास्क फोर्स हैगी है जिहड़ी जिहड़ी ग्लोबल मनी लॉन्ड्रिंग और टेरर फाइनैंसिंग नू चैक करती है, उहदे विच चाइना वाइस प्रेजिडेंट बनिया उस FATF ਦਾ ਐਂਡ ਚਾਈਨਾ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਕਰਵਾਉਣ ਦੀ ਮਨਜ਼ੂਰੀ ਦਿੱਤੀ। ਰਾਈਟ, ਸੋ ਚਾਈਨਾ ਇੰਨਾ ਵੀ ਅਨਰੀਜ਼ਨੇਬਲ ਨਹੀਂ ਹੈ, ਉਹਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਕਰਵਾਇਆ ਸੀ ਇਨ ਰਿਟਰਨ ਫੋਰ ਬਿਕਮਿੰਗ ਵਾਈਸ ਪ੍ਰੈਜ਼ੀਡੈਂਟ ਆਫ FATF। ਸੋ ਇਹਦੇ ਵਿੱਚ ਸਾਡੇ ਲਈ ਦੇਖੋ ਪਾਕਿਸਤਾਨ ਦੀ ਟੈਰਰਿਜ਼ਮ ਨੂੰ ਕਰਬ ਕਰਨ ਲਈ ਸਿਰਫ ਇੱਕ ਚੀਜ਼ ਨਹੀਂ ਚੱਲੇਗੀ, ਇੱਕ ਮਲਟੀਲੈਟਰਲ ਇੱਕ ਕੰਬਾਈਨ ਪਾਲਿਸੀ ਚੱਲੇਗੀ। ਮੈਨੂੰ ਛੋਟਾ ਜਵਾਬ ਦੇ ਦੂੰਗਾ, ਬ੍ਰੇਕ ਲੈਣੀ ਹੈ। ਹਾਂਜੀ, 5 ਸਾਲ ਡਾਕਟਰ ਮਨਮੋਹਨ ਸਿੰਘ ਦੇ, 5 ਸਾਲ ਪ੍ਰਧਾਨ ਮੰਤਰੀ ਮੋਦੀ ਦੇ। ਹਾਂਜੀ, ਇਹਨਾਂ ਦੋਨਾਂ ਦੀ ਮਿਹਨਤ ਦਾ ਨਤੀਜਾ ਜਾਂ ਪ੍ਰਧਾਨ ਮੰਤਰੀ ਮੋਦੀ ਦੀ ਮਿਹਨਤ ਦਾ ਨਤੀਜਾ ਕੂਟਨੀਤਿਕ? ਦੇਖੋ ਜੀ, UPA ਨੇ ਵੀ ਬੜੀ ਕੋਸ਼ਿਸ਼ਾਂ ਕੀਤੀਆਂ, ਤੁਹਾਨੂੰ ਯਾਦ ਹੋਏਗੀ ਕਿ ਆਫਟਰ ਬੰਬੇ ਅਟੈਕ 14 ਦਿਨ ਵਿੱਚ ਹਫੀਜ਼ ਸਈਦ ਨੂੰ UN ਨੇ ਟੈਰਿਸ ਗਲੋਬਲ ਟੈਰਿਸ ਡਿਕਲੇਅਰ ਕਰਤਾ ਸੀਗਾ। ਹਫੀਜ਼ ਸਈਦ ਦੇ ਨਾਲ ਬੜੇ ਹੋਰ ਉਹਦੇ ਟੋਪ ਕਮਾਂਡਰ ਜ਼ਕੀ ਰਹਿਮਾਨ ਲਖਵੀ ਜਿਹੜਾ ਸੀਗਾ ਔਰ ਹੋਰ ਜਿਹੜੇ ਉਹਨਾਂ ਨੂੰ ਵੀ UN ਟੈਰਿਸ ਡੈਜ਼ਿਗਨੇਟ ਕਰ ਲਿਆ ਸੀ। ਉਹਦੇ ਤੁਰੰਤ ਬਾਅਦ ਸ਼੍ਰੀਲੰਕਾ ਵਿੱਚ ਇਹਨਾਂ ਦਾ ਮੇਨ ਹੈਂਡਲਰ ਜਿਹੜਾ ਸੀ ਖਵਾਜਾ ਅਲੀ ਉਹਦਾ ਸ਼ਾਇਦ ਨਾਮ ਹੈ, ਉਹਨੂੰ ਡਿਪੋਰਟ ਕਰਕੇ ਅਰੈਸਟ ਕਰ ਲਿਆ ਸੀਗਾ। ਡੇਵਿਡ ਹੈਡਲੇ ਨੂੰ 35 ਸਾਲ ਦੀ ਕਨਵਿਕਸ਼ਨ ਮਿਲ ਗਈ ਸੀ ਜਿਹੜਾ ਮੇਨ ਬੰਦਾ ਸੀ ਲਸ਼ਕਰ ਅਟੈਕਸ ਵਿੱਚ। ਸੋ ਮਨਮੋਹਨ ਸਿੰਘ ਦੀ ਰਿਸਪੋਂਸ ਵਾਜ਼ ਅਕੋਰਡਿੰਗ ਟੂ ਦਾ ਜੀਓਪੋਲੀਟੀਕਲ ਸਰਕਮਸਟੈਂਸਿਸ ਆਫ ਹਿਸ ਟਾਈਮ। ਆਲਦੋ ਇਹ ਓਪੀਨੀਅਨ ਵੀ ਬੜਾ ਸਟਰੋਂਗ ਹੈ ਕਿ ਮਨਮੋਹਨ ਸਿੰਘ ਨੂੰ ਵੀ ਇੱਕ ਹਮਲਾ ਕਰਨਾ ਚਾਹੀਦਾ ਸੀ ਪਾਕਿਸਤਾਨ ਵਿੱਚ ਆਫਟਰ ਬੰਬੇ ਅਟੈਕ, ਕਿਉਂਕਿ ਇੱਕ ਬਹੁਤ ਸੀਰੀਅਸ ਸਾਡੇ 'ਤੇ ਅਟੈਕ ਸੀ। ਇਹ ਕ੍ਰੈਡਿਟ ਮਿਸਟਰ ਮੋਦੀ ਨੂੰ ਜਾਂਦਾ ਹੈ, ਬਿਲਕੁਲ ਜਾਂਦਾ ਹੈ ਕਿ ਉਹਨਾਂ ਨੇ ਬਾਲਾਕੋਟ 'ਤੇ ਅਟੈਕ ਕੀਤਾ ਔਰ ਇਹ ਬਿਲਕੁਲ ਠੀਕ ਕੀਤਾ ਉਹਨਾਂ ਨੇ ਬਾਲਾਕੋਟ। ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਲਓ, ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਮਸੂਦ ਅਜ਼ਹਰ 'ਤੇ ਕ੍ਰੈਡਿਟ ਵਾਰ ਕਿਉਂ ਹੈ, ਕੀ ਆ ਇਸ ਕ੍ਰੈਡਿਟ ਵਾਰ ਦਾ ਹਾਸਲ ਕੀ ਹੈਗਾ, ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਹੋਣਗੇ ਜ਼ਰੂਰ। ਸਵਾਲ ਕਿਉਂ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਵੱਡਾ ਸਵਾਲ, ਮਸੂਦ ਅਜ਼ਹਰ ਸਣੇ ਬਾਕੀ ਦੇ ਕੌਮਾਂਤਰੀ ਦਹਿਸ਼ਤਗਰਦਾਂ 'ਤੇ ਲੱਗੀ ਪਾਬੰਦੀ ਦਾ ਅੰਜਾਮ ਕੀ ਹੈ? ਕੇਵਲ ਢਿੰਗਰਾ ਕਾਂਗਰਸ ਤੋਂ ਸਾਡਾ ਮੌਜੂਦ ਹੈ, ਕੀ ਹੈ ਕੇਵਲ ਢਿੰਗਰਾ ਸਾਹਿਬ? ਮੋਦੀ ਸਾਹਿਬ ਨੇ UN ਨੂੰ ਇਹ ਕਿਹਾ ਸੀਗਾ ਕਿ ਹੁਣੇ ਐਲਾਨੋ ਇਹਨੂੰ, ਤੁਸੀਂ ਟਾਈਮਿੰਗ 'ਤੇ ਸਵਾਲ ਚੁੱਕ ਰਹੇ ਹੋ, ਮੈਂ ਤਾਂ ਸਵਾਲ ਇਹ ਕਰ ਰਿਹਾ। ਨਹੀਂ ਦੇਖੋ, ਸਭ ਤੋਂ ਪਹਿਲਾਂ ਜਿਹੜੀ ਚਰਚਾ ਚੱਲੀ ਉਸ 'ਤੇ ਵੀ ਇੱਕ ਗੱਲ ਕਰਨਾ ਚਾਹੁੰਦਾ, ਟੈਰਰਿਸਟ ਟੈਰਰਿਸਟ ਹੁੰਦਾ ਚਾਹੇ ਉਹ ਕਿਹੜੀ ਕੌਮ ਦਾ ਹੋਵੇ, ਕਿਹੜੇ ਧਰਮ ਦਾ ਹੋਵੇ, ਕਿਹੜੇ ਉਸਦਾ ਹੋਵੇ, ਟੈਰਰਿਸਟ ਟੈਰਰਿਸਟ ਹੁੰਦਾ ਉਹਨੂੰ ਟੈਰਰਿਸਟ ਦੀ ਸੰਗਿਆ ਹੀ ਦੇਣੀ ਚਾਹੀਦੀ ਹੈ। ਦੂਜੀ ਗੱਲ ਜਿਹੜੀ ਜਿਹੜੀ ਹੁਣ ਆਪਾਂ ਚਰਚਾ ਚੱਲੀ ਤਾਂ ਇਹ ਗੱਲ ਦਿਗਵਿਜੇ ਸਿੰਘ ਜੀ ਵੀ ਜਾਣਦੇ ਆ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਜਾਣਦੇ ਆ। ਚਲੋ, ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਸ ਸਰਕਾਰ ਦੀ ਸਮੱਸਿਆ ਇਹ ਹੈ, ਜਿਹੜੀ ਬੀਜੇਪੀ ਦੀ ਸਰਕਾਰ ਹੈ, ਇਹ ਆਪਣਾ ਢੋਲ ਪਿੱਟਣ ਲਈ ਜਿਹੜਾ ਹੈਗਾ ਇਹ ਸਾਰੇ ਤਰ੍ਹਾਂ ਦੀ ਬੀਜੇਪੀ ਸੰਗਿਆ ਜਿਹੜੀ ਹੈ ਉਸ ਤਰੀਕੇ ਨਾਲ ਦਿੰਦੀ ਹੈ ਔਰ ਆਪਣੀ ਪਿੱਠ ਥੱਪ ਥਪਾਉਣ ਵਾਸਤੇ ਇਹ ਸਾਰੀ ਗੱਲਾਂ ਸਾਹਿਬ। ਮੇਰਾ ਸਵਾਲ ਬੜਾ ਸਿੰਪਲ ਸੀਗਾ ਟਿੰਗਰਾ ਸਾਹਿਬ, ਮੇਰਾ ਸਵਾਲ ਇਹ ਸੀਗਾ, ਮਿਸਟਰ ਮੋਦੀ ਨੇ UN ਉੱਤੇ ਪ੍ਰੈਸ਼ਰ ਪਾਇਆ ਸੀਗਾ ਕਿ ਇਹਨੂੰ ਹੁਣੇ ਗਲੋਬਲ ਟੈਰਰਿਸਟ ਐਲਾਨੋ, ਤੁਸੀਂ ਟਾਈਮਿੰਗ 'ਤੇ ਸਵਾਲ ਚੁੱਕਿਆ? ਨਹੀਂ, ਇਹ ਟਾਈਮਿੰਗ ਜਿਹੜੀ ਹੈਗੀ ਹੈ ਇਹ ਪੁਰਾਣੇ ਟਾਈਮ ਦਾ ਚੱਲਦਾ ਆ ਰਿਹਾ, ਇਹ ਮਸਲਾ ਕਾਂਗਰਸ ਦੇ ਟਾਈਮ ਦਾ ਹੈਗਾ ਔਰ ਅੱਜ ਇਸ ਦੇ ਉੱਤੇ ਮਨਮੋਹਨ ਸਿੰਘ ਜੀ ਨੇ ਵੀ ਆਹ ਗੱਲ ਪੂਰੀ ਆਪਣੀ ਰੱਖੀ ਔਰ ਸਾਡੀ AICC ਦੀ ਪ੍ਰੈਸ ਕਾਨਫਰੰਸ ਵੀ ਹੋਈ ਹੈ ਇਸ ਗੱਲ 'ਤੇ ਕਿ ਇਹ ਪੁਰਾਣੇ ਟਾਈਮ ਦਾ ਮਸਲਾ ਸੀਗਾ ਔਰ ਅੱਜ ਇਹਦੀ ਅਗਰ ਸਫਲਤਾ ਮਿਲੀ ਹੈ ਤਾਂ ਉਹ ਅੱਛੀ ਗੱਲ ਹੈ, ਲੇਕਿਨ ਸਾਡੇ ਟਾਈਮ 'ਤੇ ਵੀ ਜਿਹੜੀ ਹਾਫਿਜ਼ ਸਈਦ ਸੀਗਾ ਜਾਂ ਜ਼ਾਕਿਰ ਰਹਿਮ ਲਖਵੀ ਸੀਗਾ, ਹਾਜੀ ਮੁਹੰਮਦ ਅਸ਼ਰਫ ਸੀਗਾ ਔਰ ਮੁਹੰਮਦ ਅਹਿਮਦ ਭੈਜੀ ਸੀਗਾ ਜਿਹੜਾ, ਉਹਨਾਂ ਨੂੰ ਵੀ ਅਸੀਂ ਗਲੋਬਲ ਆਤਕੀ ਜਿਹੜੇ ਆ ਉਹ ਠਹਿਰਾਏ ਸੀ ਉਸ ਟਾਈਮ 'ਤੇ, ਉਹਨਾਂ ਨੂੰ ਵੀ ਅਸੀਂ ਟੈਰਰਿਸਟ ਆਤਕੀ ਠਹਿਰਾਇਆ ਅਤੇ ਅਸੀਂ ਤਾਂ ਕਦੀ ਪਿੱਠ ਥੱਪ ਥਪਾਈ ਨਹੀਂ, ਨਾ ਕਦੀ ਉਸ ਤਰ੍ਹਾਂ ਕੀਤਾ। ਇੱਕ ਔਨਗੋਇੰਗ ਪ੍ਰੋਸੈਸ ਹੁੰਦਾ, ਉਸ ਗੱਲ ਨੂੰ ਇਹ ਇਸ ਕਰਕੇ ਪਿੱਠ ਥੱਪ ਥਪਾਉਣਾ ਚਾਹੁੰਦੇ ਕਿਉਂਕਿ ਇਸ ਟਾਈਮ ਇਲੈਕਸ਼ਨ ਦਾ ਦੌਰ ਹੈ, ਉਹਦੇ ਉੱਤੇ ਸਾਰੀ ਗੱਲਾਂ ਨੂੰ ਰਾਸ਼ਟਰਵਾਦ ਦੇ ਨਾਲ ਜੋੜਦੇ ਹੋਏ ਇਹ ਆਪਣੇ ਆਪ ਨੂੰ ਵੋਟ ਲੈਣ ਦੇ ਖਾਤਰ ਗੱਲ ਕਰਦੇ ਆ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਏਗਾ ਮੋਦੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਪਿੱਛੇ 40 ਜਵਾਨਾਂ ਦੀ ਫੋਟੋ ਲਾਈ ਹੋਈ ਸੀ, ਉਹਦਾ ਵੀ ਕੀ ਮਤਲਬ ਸੀਗਾ? ਔਰ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਕੋਈ ਉਹਦੇ ਉੱਤੇ ਸਵਾਲ ਚੱਕੇ ਜਾ ਰਹੇ ਆ, ਤੇ ਇਲੈਕਸ਼ਨ ਕਮਿਸ਼ਨ ਜਿਹੜਾ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦਾ, ਉਹ ਸੁੱਤੇ ਹੋਏ ਨੇ ਸਾਰੇ ਔਰ ਸਾਇਲੈਂਟ ਹੈਗਾ ਸਾਰਾ ਸਿਸਟਮ, ਇਸ ਦੇ ਉੱਤੇ ਬਹੁਤ ਕੁੱਲ ਮਿਲਾ ਕੇ ਹੈ। ਤੁਸੀਂ ਜਿਹੜੀਆਂ ਅੱਜ ਚੀਜ਼ਾਂ ਗਿਣਾ ਰਹੇ ਹੋ, ਕਾਰਵਾਈਆਂ ਤੁਸੀਂ ਵੀ ਕੀਤੀਆਂ ਪਰ ਤੁਸੀਂ ਗਿਣਵਾ ਨਹੀਂ ਸਕੇ। ਰਾਜਨੀਤੀ ਹੋਣੀ ਨਹੀਂ ਚਾਹੀਦੀ, ਇਹ ਮੋਦੀ ਦਾ ਕੰਮ ਗੁਜਰਾਤ ਦੇ ਵਿੱਚ ਇਹੀ ਸੀ, ਉਹਨੇ ਹਿੰਦੂ ਵਰਸਿਸ ਮੁਸਲਿਮ ਕੀਤਾ ਗੁਜਰਾਤ ਦੇ ਵਿੱਚ, 12 ਸਾਲ ਰਾਜ ਕਰਦਾ ਰਿਹਾ ਔਰ ਅੱਜ ਹੁਣ ਪੂਰੇ ਭਾਰਤ ਦੇ ਵਿੱਚ ਵੀ ਇਲਜ਼ਾਮ ਤਾਂ ਤੁਹਾਡੇ ਦੋਨਾਂ ਪਾਰਟੀਆਂ ਤੇ ਹੈਗਾ, ਤੁਹਾਡੇ ਦੋਨਾਂ ਵੱਡੀਆਂ ਪਾਰਟੀਆਂ, ਤੁਸੀਂ ਸਾਰਿਆਂ ਨੇ ਇੱਦਾਂ ਕੀਤਾ। ਜਾਤ ਪਾਤੀ ਸਤਿ ਸ਼੍ਰੀ ਅਕਾਲ, ਪ੍ਰਸਮਨਜੀਤ ਸਿੰਘ,
ਇਹ ਸਾਰੇ ਕਹਿ ਰਹੇ ਆ ਗਲੋਬਲ ਟੈਰਰਿਸਟ, ਅਸੀਂ ਵੀ ਐਲਾਨ ਕਰਵਾਇਆ ਹਾਫਿਜ਼ ਸਈਦ ਅਤੇ ਹੋਰ ਜ਼ਕੀਉਰ ਰਹਿਮਾਨ, ਸਾਰਾ ਨਾਮ ਲੈ ਰਹੇ ਆ, ਇਹਦਾ ਹਾਸਲ ਕੀ ਹੈਗਾ? ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ 2008 ਦਾ ਜਿਹੜਾ ਅਟੈਕ ਬੰਬੇ ਦੇ ਉੱਤੇ ਹੋਇਆ ਸੀਗਾ, 2009 ਦੇ ਵਿੱਚ ਯੂਨਾਈਟਿਡ ਨੇਸ਼ਨ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਜਿਹੜੇ ਮਨਮੋਹਨ ਸਿੰਘ, ਉਹਨਾਂ ਨੇ ਅਪਰੋਚ ਕੀਤਾ ਸੀ। ਉਦੋਂ ਤੋਂ ਲਿਸਟਿੰਗ ਦੀ ਕੋਸ਼ਿਸ਼ ਤਾਂ ਹੋ ਰਹੀ ਸੀ, ਪਰ ਪੁਲਵਾਮਾ ਦੀ ਬੈਕਗਰਾਊਂਡ ਦੇ ਵਿੱਚ ਔਰ ਖਾਸ ਕਰ ਜਿਹੜੀ ਹੁਣ ਸ਼੍ਰੀਲੰਕਾ ਦੇ ਵਿੱਚ ਐਡਾ ਵੱਡਾ ਬਲੱਡ ਬਾਥ ਹੋਇਆ, ਉਦੋਂ ਬਾਅਦ ਇਹ ਚਾਈਨਾ ਦੇ ਉੱਤੇ ਵੀ ਇੱਕ ਬੜੇ ਕਿਸਮ ਬੜਾ ਤਕੜਾ ਪ੍ਰੈਸ਼ਰ ਬਣ ਗਿਆ ਸੀ ਵੀ ਉਹ ਕਿਵੇਂ ਇਸ ਗੱਲ ਨੂੰ ਕਹੇ ਕਿ ਨਹੀਂ, ਇਸ ਨੂੰ ਨਹੀਂ ਕਰ ਸਕਦੇ, ਓਪਨ ਡਿਬੇਟ ਨਹੀਂ ਕੀਤੀ ਜਾ ਸਕਦੀ। ਬਿਲਕੁਲ, ਇਸ ਕਰਕੇ ਇੱਕ ਤਾਂ ਚਾਈਨਾ ਦੇ ਉੱਤੇ, ਚਾਈਨਾ ਬਿਲਕੁਲ ਆਈਸੋਲੇਟ ਹੋ ਗਿਆ ਸੀ। ਦੂਜਾ, ਚਾਈਨਾ ਨੂੰ ਇਹ ਸਾਫ਼ ਸਾਫ਼ ਦਿਖਦਾ ਆ ਕਿ ਅਸੀਂ ਇੱਕ ਗਵਾਂਢੀ ਦੇਸ਼ ਹੈਗੇ ਹਾਂ ਔਰ ਸਾਡੇ ਚੋਣਾਂ ਚੱਲ ਰਹੀਆਂ, ਬਹੁਤੀ ਜਿੱਦ ਨਾ ਕਰਕੇ, ਜੇ ਜਿੱਦ ਕਰਦੇ ਆ ਤਾਂ ਉਹਨਾਂ ਨੂੰ ਬੜਾ ਨੁਕਸਾਨ ਆ। ਇੱਕ ਸਾਡੀ ਮਾਰਕੀਟ ਆ, ਸਾਡਾ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਬੜੀ ਮਾਰਕੀਟ ਹੈਗੀ ਹੈ, ਔਰ ਇਹ ਗੱਲ ਬਿਲਕੁਲ ਨਖੇੜ ਕੇ ਦੇਖ ਲੈਣੀ ਚਾਹੀਦੀ ਹੈ ਕਿ ਜਿਹੜਾ ਗਲੋਬਲ ਆਤੰਕਵਾਦ ਆ, ਉਹਨੂੰ ਦਹਿਸ਼ਤਗਰਦ ਕਹੋ ਜਾਂ ਆਤੰਕਵਾਦ ਕਹੋ, ਜਿਵੇਂ ਤਾਲਿਬਾਨ ਅਮਰੀਕਾ ਵੱਲੋਂ ਅਫਗਾਨਿਸਤਾਨ 'ਚ ਪੈਦਾ ਕੀਤੇ ਗਏ, ਜਾਂ ਜਿਵੇਂ ਕੁਝ ਬਰੀਡਿੰਗ ਗਰਾਊਂਡਸ ਜਿਹੜੀਆਂ ਸਪੈਸ਼ਲੀ ਸੈਂਚੁਰੀ ਪਾਕਿਸਤਾਨ ਦੇ ਵਿੱਚ ਹੈਗੀਆਂ, ਹੋਰ ਵੀ ਕਈ ਦੇਸ਼ਾਂ ਦੇ ਵਿੱਚ ਹੈਗੀਆਂ, ਅਫਰੀਕਨ ਦੇਸ਼ਾਂ ਦੇ ਵਿੱਚ ਵੀ ਕੁਛ ਨਾ ਕੁਛ, ਜਰਮਨ ਦੇ ਵਿੱਚ ਕਿੱਦਾਂ ਕਿੱਦਾਂ ਉੱਥੋਂ ਤੋਂ ਕੀਤਾ ਜਾਂਦਾ। ਇਸ ਕਰਕੇ ਉਹਦਾ ਕਿਸ ਬਰਾਦਰੀ ਵੱਲੋਂ ਆ, ਕਿਸ ਧਰਮ ਵੱਲੋਂ ਆ, ਕਿਸ ਦੇਸ਼ ਦੇ ਵਿੱਚ ਆ, ਉਹ ਗੱਲਾਂ ਅਲੱਗ ਹੈਗੀਆਂ, ਪਰ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਆ ਕਿ ਜਦ ਤੱਕ ਲੋਕਲ ਗੌਰਮੈਂਟਾਂ ਦੇ ਨਾਲ ਰਲ ਕੇ ਇੰਟਰਨੈਸ਼ਨਲ ਜਿਹੜੀ ਸੱਤਾ ਹੈਗੀ ਆ, ਜਿਹੜੇ ਪਾਵਰ ਸੈਂਟਰ ਆ, ਉਹਨਾਂ ਵੱਲੋਂ ਉਹਨਾਂ ਨੂੰ ਸ਼ੈਅ ਨਹੀਂ ਦਿੱਤੀ ਜਾਂਦੀ, ਇਹ ਨਹੀਂ ਬਚ ਸਕਦੇ। ਤੁਸੀਂ ਇਰਾਕ ਨੂੰ ਨਕਸ਼ੇ ਤੋਂ ਮਿਟਾਉਣ ਤੱਕ ਲਈ ਉੱਥੇ ਬਿਨਾਂ ਯੂਨਾਈਟਿਡ ਨੇਸ਼ਨ ਦੀ ਰੈਜ਼ੋਲਿਊਸ਼ਨ ਦੀ ਕਿਸੇ ਕਿਸਮ ਦੀ ਵੀ ਪਰਵਾਹ ਕੀਤੀ, ਹਮਲਾ ਕਰਕੇ ਉਹਨੂੰ ਨਕਸ਼ੇ ਤੋਂ ਮਿਟਾਉਣ ਤੱਕ ਚਲੇ ਜਾਂਦੇ ਹਾਂ, ਸੀਰੀਆ 'ਚ ਪਹੁੰਚ ਜਾਂਦੇ ਹਾਂ, ਸਾਰੀ ਜਗ੍ਹਾ ਪਹੁੰਚ ਜਾਂਦੇ ਹਾਂ, ਪਰ ਜਦੋਂ ਇਹ ਛੋਟੇ ਛੋਟੇ ਪਿੱਧੀ ਜਿਹੜੇ ਟੈਰਰਿਸਟ ਜਿਨ੍ਹਾਂ ਨੂੰ ਸੋ ਕਾਲਡ ਕਹਿੰਦੇ ਆ, ਉਹਨਾਂ ਨੂੰ ਤੁਸੀਂ ਇੱਕ ਲਿਸਟ ਦੇ ਵਿੱਚ ਪਾਉਣ ਲਈ 10-10 ਸਾਲ ਲੱਗ ਜਾਂਦੇ ਆ। ਕ੍ਰੈਡਿਟ ਲੈ ਰਿਹਾ, ਬਿਲਕੁਲ ਅਮਰੀਕਾ ਵੀ ਕ੍ਰੈਡਿਟ ਲੈ ਰਿਹਾ, ਕ੍ਰੈਡਿਟ ਇਹ ਜਿਹੜਾ ਇੱਕ ਬਿਜ਼ਨਸ ਹੈ ਟੈਰਰਿਜ਼ਮ ਦਾ, ਜਿਵੇਂ ਸਾਡੇ ਪੰਜਾਬ ਦੇ ਵਿੱਚ ਪਿੱਛੇ ਜੇ ਕਾਫੀ ਇਹੋ ਜਿਹੇ ਗੈਂਗਸਟਰ ਪੈਦਾ ਹੋ ਗਏ ਸੀ, ਉਹ ਛੋਟੇ ਵੀ ਟੈਰਰਿਸਟ ਹੀ ਹੈਗੇ ਆ, ਮਾਰਦੇ ਆ, ਸਾਰਾ ਕੁਝ ਕਰਦੇ ਆ, ਉਹ ਜਿਹੜੇ ਗੈਂਗਸਟਰ, ਜਿਵੇਂ ਇਹ ਸਾਡਾ ਲੋਕਲ ਫਨੋਮਨਾ, ਇਹ ਜਿਹੜੇ ਨੋਨ ਕਿਸਮ ਦੇ ਦਹਿਸ਼ਤਗਰਦ ਹੈਗੇ ਆ, ਇਹ ਗਲੋਬਲ ਫਨੋਮਨਾ, ਔਰ ਇਹਨਾਂ ਨੂੰ ਵਿੱਚ ਰੱਖ ਕੇ ਪੋਲਿਟਿਕਸ ਵੀ ਖੇਡੀ ਜਾਂਦੀ ਆ ਔਰ ਅਰਥ ਵਿਵਸਥਾ ਦੇ ਵਿੱਚ ਬਾਰਗੇਨਿੰਗ ਵੀ ਕੀਤੀ ਜਾਂਦੀ ਹੈ। ਮਾਰਕੀਟ ਬਹੁਤ ਅਹਿਮ ਸਵਾਲ ਆ, ਅਰਥ ਵਿਵਸਥਾ ਲਈ ਜਿਹੜੀ ਇਹਨਾਂ ਗੱਲ ਕੀਤੀ ਆ, ਉਹਦੇ 'ਤੇ ਪਾਕਿਸਤਾਨ 'ਤੇ ਕੋਈ ਪ੍ਰੈਸ਼ਰ ਪਊਗਾ ਹੁਣ ਵਿਕਰਮਜੀਤ? ਦੇਖੋ, ਪਾਕਿਸਤਾਨ 'ਤੇ ਪ੍ਰੈਸ਼ਰ ਬਹੁਤ ਹੈ, ਇਕਨੋਮਿਕ ਫਾਈਨੈਂਸ਼ੀਅਲ ਪ੍ਰੈਸ਼ਰ, ਬਿਕੋਜ਼ ਪਾਕਿਸਤਾਨ ਦੀ ਜਿਹੜੀ ਇਕਨੋਮੀ ਇਜ਼ ਆਲਮੋਸਟ ਕੋਲੈਪਸਿੰਗ ਇਕਨੋਮੀ। ਤੁਸੀਂ ਇਹਨਾਂ ਦੇ ਫਿਸਕਲ ਡੈਫੀਸਿਟ, ਕਰੰਟ ਅਕਾਊਂਟ ਡੈਫੀਸਿਟ, ਫੋਰਨ ਐਕਸਚੇਂਜ ਰਿਜ਼ਰਵਸ, ਇਹਨਾਂ ਦੀ ਡੋਲਰ ਟੂ ਪਾਕਿਸਤਾਨ ਰੁਪੀ ਰੇਸ਼ੋ, ਇਹਨਾਂ ਦੇ ਫੋਰਨ ਐਕਸਚੇਂਜ ਰਿਜ਼ਰਵਸ ਬਿਲਕੁਲ ਗਿਰੇ ਹੋਏ ਨੇ। ਸੋ ਦੇ ਨੀਡ ਫਾਈਨੈਂਸ਼ੀਅਲ ਬੇਲ ਆਊਟਸ ਫਰੋਮ ਦ ਬਿਗ ਪਾਵਰਸ ਲਾਈਕ ਦ ਵੈਸਟ, ਅਰਬ ਸਟੇਟਸ ਐਂਡ ਚਾਈਨਾ। ਪਰ ਅਗਰ ਉਹ ਫਾਈਨੈਂਸ਼ੀਅਲ ਬੇਲ ਆਊਟਸ ਲੈਂਦੇ ਨੇ ਤਾਂ ਉਹਨਾਂ ਨੂੰ ਪ੍ਰੂਵ ਕਰਨਾ ਪਏਗਾ ਕਿ ਅਸੀਂ ਟੈਰਰਿਜ਼ਮ ਔਰ ਮਨੀ ਲਾਂਡਰਿੰਗ ਨੂੰ ਸਪੋਰਟ ਨਹੀਂ ਕਰ ਰਹੇ, ਐਂਡ ਨਾਈਦਰ ਆਰ ਵੀ ਸਪੋਰਟਿੰਗ ਗਲੋਬਲ ਟੈਰਰਿਜ਼ਮ। ਸੋ ਪਾਕਿਸਤਾਨ ਦੇ ਤੁਸੀਂ ਅਗਰ ਅੱਜ ਕੱਲ੍ਹ ਸਟੇਟਮੈਂਟਸ ਦੇਖੋ, ਇਮਰਾਨ ਖਾਨ ਦੀ ਦੇਖ ਲਓ, ਉਹਨਾਂ ਦੀ ਸਪੋਕਸਪਰਸਨ ਦੇਖ ਲਓ, ਉਹ ਗੱਲ ਇੱਕ ਇੱਕ ਗੱਲ ਕਰ ਰਹੇ ਨੇ ਕਿ ਵੀ ਅਸੀਂ ਟੈਰਰਿਜ਼ਮ ਅਫੋਰਡ ਨਹੀਂ ਕਰਦੇ ਕਿਉਂਕਿ ਸਾਨੂੰ ਸਪੋਜ਼ਿੰਗ ਇੰਟਰਨੈਸ਼ਨਲ ਮੋਨਿਟਰੀ ਫੰਡ ਤੋਂ ਬੇਲ ਆਊਟ ਨਹੀਂ ਮਿਲੇਗਾ, ਜਿਹੜਾ 8-10 ਬਿਲੀਅਨ ਡਾਲਰ ਦਾ ਪਾਕਿਸਤਾਨ ਚਾਹ ਰਿਹਾ, ਸਾਨੂੰ ਉਹ ਨਹੀਂ ਮਿਲੇਗਾ। ਫਿਰ ਅਗਰ FATF ਸਾਨੂੰ ਬਲੈਕਲਿਸਟ ਕਰ ਦਿੰਦਾ, ਮੇ ਵਿੱਚ ਬਲੈਕਲਿਸਟਿੰਗ ਦਾ ਇਸ਼ੂ ਆਉਣਾ, ਤਾਂ ਪਾਕਿਸਤਾਨ ਨੂੰ ਬਹੁਤ ਮੁਸ਼ਕਿਲ ਹੋ ਜਾਏਗਾ ਟੂ ਗੈਟ ਫਾਈਨੈਂਸਿਸ। ਪਾਕਿਸਤਾਨ ਜਿਸ ਤਰੀਕੇ ਨਾਲ ਸਟੇਟਮੈਂਟ ਦੇ ਰਿਹਾ ਵਿਕਰਮਜੀਤ, ਐਂ ਲੱਗਦਾ ਪਿਆ ਕਿ ਉਹ ਬੈਕਫੁੱਟ ਹੋਣ ਦੇ ਬਾਵਜੂਦ ਵੀ ਆਪਦੇ ਨੂੰ ਫਰੰਟ ਫੁੱਟ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਪਾਕਿਸਤਾਨ ਦੀ ਇੱਕ ਪ੍ਰੋਪਾਗੈਂਡਾ ਹੈ ਔਰ ਉਹ ਬੜੇ ਐਕਸਪਰਟ ਪ੍ਰੋਪਾਗੈਂਡਿਸਟ ਹੈਗੇ ਨੇ, ਉਹ ਹਰ ਚੀਜ਼ ਨੂੰ ਆਪਣੇ ਹੱਕ ਵਿੱਚ ਕਨਵਰਟ ਕਰਨਾ ਚਾਹੁੰਦੇ ਸੱਚਾਈ ਨੂੰ ਲੁਕਾਉਣ ਲਈ। ਫੋਰ ਐਗਜ਼ਾਮਪਲ, ਜਦ ਬਾਲਾਕੋਟ 'ਤੇ ਸਾਡੇ ਇੰਡੀਅਨ ਏਅਰਫੋਰਸ ਨੇ ਅਟੈਕ ਕੀਤਾ ਤਾਂ ਇਹਨਾਂ ਨੇ ਸ਼ੋਅ ਕੀਤਾ ਜੀ ਜੰਗਲ ਵਿੱਚ ਬੰਬ ਗਿਰ ਗਏ, ਠੀਕ ਹੈ ਨਾ। ਇਹਨਾਂ ਨੇ ਇਹ ਨਹੀਂ ਦਿਖਾਇਆ ਕਿ ਐਕਚੁਅਲੀ ਜਿਹੜੇ ਏਅਰਫੋਰਸ ਨੇ ਬੋਮਬਸ ਯੂਜ ਕੀਤੇ ਸੀ ਉਹ ਬਿਲਡਿੰਗ ਨੂੰ ਡਿਮੋਲਿਸ਼ ਨਹੀਂ ਕਰਦੇ, ਇੱਕ ਹੋਲ ਜਿਹਾ ਬਣਾ ਕੇ ਅੰਦਰ ਜਾ ਕੇ ਫਟਦੇ ਨੇ। ਇਹਨਾਂ ਨੇ ਹਰ ਕਿਸਮ ਦਾ ਝੂਠ ਮਾਰ, ਇਹ ਅੱਜ ਤੱਕ ਪਾਕਿਸਤਾਨ, ਦੇਖੋ ਅਨਦਰ ਐਗਜ਼ਾਮਪਲ, ਅੱਜ ਤੱਕ ਪਾਕਿਸਤਾਨ ਕਹਿੰਦਾ ਕਿ ਸਿਆਚਿਨ ਗਲੇਸ਼ੀਅਰ ਜਿਹੜਾ ਉਹ ਸਾਡੇ ਕੰਟਰੋਲ 'ਚ, ਦੇਖੋ ਕਿੰਨਾ ਵੱਡਾ ਝੂਠ। ਪਾਕਿਸਤਾਨ ਨੇ ਕਾਰਗਿਲ ਵਿੱਚ ਹਮਲਾ ਕੀਤਾ, ਪਾਕਿਸਤਾਨੀ ਦੀ ਨਾਰਦਰਨ ਲਾਈਟ ਇਨਫੈਂਟਰੀ ਪ੍ਰੋਪਰ ਉਹਨਾਂ ਦੀ ਰੈਗੂਲਰ ਟਰੁੱਪਸ ਆਏ, ਇਹ ਕਹਿੰਦੇ ਰਹਿ ਗਏ ਜੀ ਸਾਡੇ ਜੀ ਮੁਜਾਹਿਦੀਨ ਕਸ਼ਮੀਰ ਫਾਈਟਰਸ ਆ ਕੇ ਬੈਠੇ ਉਹਨਾਂ। ਸੋ ਇਹ ਝੂਠ ਬੋਲਣਾ ਔਰ ਆਪਣੇ ਆਪ ਨੂੰ ਟਰੈਕ ਕਵਰ ਕਰਨੇ, ਇਹ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਸੋ ਇਹ ਬਰਵਾਡੋ ਜਿਹਨੂੰ ਕਹਿੰਦੇ, ਓਵਰ ਕੌਨਫੀਡੈਂਸ, ਨਹੀਂ ਨਹੀਂ ਅਸੀਂ ਤਾਂ ਬਿਲਕੁਲ ਨਹੀਂ ਕੁਛ ਕੀਤਾ, ਅਸੀਂ ਬੜੇ ਸਟਰੋਂਗ ਹੈ,
अज भी पाकिस्तान कह रहा है कि मसूद अजहर की जिहड़ी लिस्टिंग है वो इज विक्ट्री फॉर पाकिस्तान। तुम इन्हां दी ए स्टेटमेंट देखो। मैं इस इस स्टेटमेंट दी की गल जरूर इत्थे ऐड करना जी केपीजी टाइम है। बोलो बोलो। क्योंकि इस वेले पूरे यूरोप दे विच खास करके स्पेन ते इन्हां पुर्तगाल ते इन्हां कंट्री ते इटली दे विच बहुत वड्डा आर्थिक संकट मंदवाड़ा चल रहा। बहुत एक्सट्रीम नहीं है, थोड़ी जी रिलीफ मिली है पर अजे भी बहुत है। अमरीका का अपना मंदवाड़ा, उन्होंने देखो कि मैं रेशियल इमीग्रेशन नहीं होने देनी, वॉल बना देनी मैक्सीको दी, सारा ये सारे दे सारे कंट्री जिहड़ा ग्लोबल रिसेशन के बूहां ते खड़िया 2008 तो बाद अजे पैर नहीं लगे, वो एहो जिहियां गल्लां दे बहाने आपो अपने जिहड़े ना आर्थिक जिहड़े उन्होंने हित आ वह किवें पूरे करने। हुण ईरान के उत्ते साढ़ा 10-11% जिहड़ा तेल आ उतों आ रहा, अज लास्ट देने 2 मई उन्होंने सानू चेतावनी दी कि जे तुसीं उतों खरीदना ना बंद किया तो असीं तुहानू जिहड़े होर फेवर कर दे आ। सारियां इन्हां चीज़ां नू आर्थिक बहुत बहुत वड्डा रोल आ, बहुत वड्डा, बिल्कुल टेररिज्म दा ग्लोबल अर्थव्यवस्था दे जिहनू एक टूल दे तौर ते वरत के बहुत वड्डा इहदा एक रोल हैगा। हरजीत सिंह बोलर, अमेरिका जो कहिंदा कि अमेरिकन डिप्लोमेसी जित है, तुसीं अमेरिका नू की कहोगे? नहीं देखो ये एक तरह का मैं कहूँगा ग्लोबल जिन्हिया पावर से गियां सब दी जित हैगी है कि खतरा है सारे वर्ल्ड अमेरिकन क्रेडिट जांदा है, अमेरिकन क्रेडिट अमेरिकन जांदा है, अमेरिकन ने भी एफर्ट किते है, डॉक्टर मनमोहन सिंह क्रेडिट जांदा है, अमेरिकन नु क्रेडिट देने लई तुसी राजी हो डॉक्टर मनमोहन सिंह क्रेडिट जांदा है कि नहीं जांदा? गल इस तरह है कि डॉक्टर मनमोहन सिंह हुणा ने इस चीज़ नु स्टार्ट किया लेकिन अज जाके वो क्लोज हुई है गल। ठीक नहीं, फिर जे अमेरिका ने भी जोर लाया, अमेरिका ने ट्रंप ने तो जोर लाया, उस तो पहले जोर लगता रहा ना, इहदा मतलब इहदा मतलब ये है, इहदा मतलब ये है जदों ते कोशिशें शुरू होईयां किसे एक व्यक्ति साहब, असीं आपदे घर विच वंडे होए क्यों देखदे हां, अमेरिका नूं सलाम करदे पए हां। एक मिनट गल सुणो, तुसीं किसे एक व्यक्ति विशेष दे एफर्ट्स नहीं हैगे, उस वेले दी यूपीए गवर्नमेंट नूं क्रेडिट जांदा कि नहीं जांदा? जांदा, उन्होंने स्टार्ट किया। इस वेले दी एनडीए गवर्नमेंट नूं क्रेडिट जांदा, फिर मोदी साहब नूं क्रेडिट नहीं जांदा? राष्ट्रवाद नाते वोटां दी खेती की जा रही है, फिर सवाल बहुत सारे बनते, ब्रेक तो बाद वापस आके पुछूंगा जरूर। सवाल एक पुछ रहे, सवाल असीं इह पुछ रहे हैं, मसूद अजहर समय बाकी के कौमांतरी दहशतगर्द से लकी पाबंदी का अंजाम की है का। बहुत कोशिश कर रहे हैं कि संजीदा चर्चा होवे, किवें टिंगरा की कहना चाह रहे हो? देखो जदों प्रवक्ता मुहदे ने मान लिया कि भी इहदा क्रैडिट जिहड़ा हैगा वह मनमोहन सिंह की सरकार में जाता कि उदो शुरू होया सी ये काम, ते ये चीज मोदी जी के भाषण के विच क्यों नहीं है? उन्होंने सीधा वार जिहड़ा है कि असी ये काम करता सच्चाई क्यों नहीं है, क्यों नहीं किया जा रहा कि पहली गवर्नमेंट का इशू सीगा और हुण तक जिहड़ा इह काम करके असी आ वाला काम करता, जे तुसी आ गल कहिंदे हो तो सवाल हुंदा ही नहीं हुंदी। चेहरा उतरेगा 23 मई तो बाद अलग गल है, लेकिन गल है कि जेडे आई डी ब्लास्ट होए, चाहे वह पुलवामा होया, चाहे वह महाराष्ट्र का कल जो ब्लास्ट होया, चाहे वह जिन्हें भी ब्लास्ट हो रहे हैं, विरोधी पार्टी चक सकते हैं पर बतौर मीडिया च होंदे हुए सानू भी यह सवाल चुकना चाहिए है क्या मीडिया ने भी जिहड़ा नक्सली अटैक होया उससे डिबेट करने की कोशिश नहीं की गई, उस लैवल से डिबेट करने की कोशिश नहीं की, चोणां दे विचाले यह अटैक हुंदा इसका जिक्र है जिहड़ा वह पूरी सियासत भी नहीं करती भी क्यों? पहला तो यह गल है कि दहशतगर्दी नू पर से ही भंडी जाना नहीं चाहिए, दहशतगर्दी जिहड़ी आ एक हैगी
ਕਿਸੇ ਖਾਸ ਹਾਲਾਤਾਂ ਦੇ ਵਿੱਚੋਂ ਨਿਕਲੀ ਹੋਈ ਲੋਕਾਂ ਦੀ ਪੀੜਾ ਚੋਂ ਨਿਕਲੀ ਹੋਈ ਦਹਿਸ਼ਤ ਕਰਦੀ ਜਦੋਂ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਉਹ ਲੋਕਾਂ ਨੇ ਹਥਿਆਰ ਚੁੱਕੇ ਜਿਹੜੇ ਕਿ ਆਦੀਵਾਸੀਆਂ ਦੇ ਜਿਨ੍ਹਾਂ ਨੂੰ ਅਸੀਂ ਨਕਸਲਾਈਟ ਕਹਿੰਦੇ ਹਾਂ। ਇੱਕ ਦਹਿਸ਼ਤਗਰਦੀ ਪੰਜਾਬ ਦੇ ਵਿੱਚ ਵੀ ਸੀ ਜਿਹੜੇ ਆਪਣੇ ਖਾਲਿਸਤਾਨ ਚਾਹੁੰਦੇ ਸੀ ਉਹ ਇੱਕ ਆਪਣੀ ਕਿਸਮ ਦੀ ਸੀਗੀ, ਪਰ ਆਹ ਜਿਹੜੀ ਦਹਿਸ਼ਤਗਰਦੀ ਹੈ ਤੇ ਪ੍ਰੋਫੈਸ਼ਨਲ ਪਾਲੇ ਹੋਏ ਜਿਹੜੇ ਹੈਗੇ ਆ ਗਲੋਬਲੀ ਜਿਨ੍ਹਾਂ ਦਾ ਇਹ ਇੱਕ ਇਹਨਾਂ ਦਾ ਪਰਪਜ਼ ਹੋ ਰਿਹਾ, ਇਹਨਾਂ ਦਾ ਪਰਪਜ਼ ਇਹੀ ਹੈ ਕਿ ਕਿਧਰੇ ਕਿਤੇ ਠੂਠਾ ਕਰਕੇ ਦੇਸ਼ ਭਗਤੀ ਜਗਾਓ। ਦੇਸ਼ ਭਗਤੀ ਜਦੋਂ ਜਾਗੂਗੀ ਤੇ ਤੁਸੀਂ ਅਸਲੀ ਮੁੱਦਿਆਂ ਨੂੰ ਪਰਾਂ ਰੱਖ ਕੇ ਆਪਣੇ ਜਿਹੜੇ ਕਾਰਪੋਰੇਟਾਂ ਨਾਲ ਪੋਲੀਟੀਕਲ ਆਪਣੀ ਯਾਰੀ ਪਾ ਕੇ ਉੱਧਰ ਸੱਤਾ ਦਾ ਵੀ ਇੱਕ ਕੇਂਦਰੀਕਰਨ ਕਰੋ, ਪੈਸੇ ਦਾ ਕੇਂਦਰੀਕਰਨ ਕਰੋ, ਲੋਕਾਂ ਨੂੰ ਬਾਹਰ ਕਰੋ, ਔਰ ਉਸ ਝੋਲੇ ਦੇ ਅੰਦਰ ਦਹਿਸ਼ਤਗਰਦੀ ਦੇ ਨਾਂ ਤੇ ਦੇਸ਼ ਭਗਤੀ ਦੇ ਨਾਂ ਦੇ ਉੱਤੇ ਤੁਸੀਂ ਮਸਲਿਆਂ ਨੂੰ ਆਪਣੀ ਰਾਜਨੀਤੀ ਚਲਾਈ ਚਲੋ। ਇਸ ਕਰਕੇ ਮੈਂ ਇਹ ਕਹਿੰਦਾ ਹਾਂ ਕਿ ਜਿਹੜੀ ਗੜ ਚਰੌਲੀ ਦੇ ਵਿੱਚ ਹੋਈ ਉਹ ਇੱਕ ਆਪਣੀ ਬੇਵਕੂਫੀ ਦੀ ਗੱਲ ਵੀ ਉਹਦੇ 'ਚ ਬੜੀ ਵੱਡੀ ਸੀ। ਪਾਕ ਜਿਹੜੀ ਇੱਥੋਂ ਦੀ ਮਹਾਰਾਸ਼ਟਰ ਦੀ ਜਿਹੜੀ ਪਰਸਨਲ ਸੀਗੇ ਜਿਹੜੇ ਪੁਲਿਸ ਸੀਗੀ, ਮੈਂ ਕਿਉਂ ਕਹਿੰਦਾ ਜਦ ਤੁਸੀਂ 25 ਬੰਦੇ ਜਿਹੜੇ ਆ ਸਵੇਰੇ ਜਿਹੜੇ 3:30 ਵਜੇ 3:15 ਵਜੇ ਉਹਨਾਂ ਨੇ 25 ਵਹੀਕਲਸ ਨੂੰ ਅੱਗ ਲਾਈ ਹੈ, ਤੁਸੀਂ ਇਹ ਉੱਥੇ ਤੁਰੰਤ ਜਿਹੜੀ ਇਹਨਾਂ ਦੀ ਰੈਪਿਡ ਐਕਸ਼ਨ ਫੋਰਸ ਸੀਗੀ ਉਹਨੂੰ ਭੇਜ ਕੇ ਦੇਖਣ ਜਾ ਰਹੇ ਆ, ਔਰ ਪ੍ਰਾਈਵੇਟ ਬੱਸ 'ਚ ਜਾ ਰਹੇ ਆ, ਆਪਣੀ ਕੋਈ ਉਹਨਾਂ ਨੇ ਬੱਸ ਨਹੀਂ ਲਈ, ਕੋਈ ਸੇਫਟੀ ਨਹੀਂ ਕੀਤੀ। ਤੁਹਾਨੂੰ ਜਦ ਪਤਾ ਕਿ ਉੱਥੇ ਆਹ ਕੁਝ ਹੋ ਰਿਹਾ ਤਾਂ ਤੁਸੀਂ ਬਿਨਾਂ ਮੂੰਹ ਚੁੱਕ ਕੇ ਚਲੇ ਗਏ, ਬੰਦਿਆਂ ਦਾ ਇੰਨਾ ਨੁਕਸਾਨ ਕਰਾਤਾ, 25 ਛੋਟੇ 15 ਬੰਦੇ ਥੋੜ੍ਹੇ ਨਹੀਂ ਹੈਗੇ, ਪਰ ਫਿਰ ਵੀ ਉਸ ਦਹਿਸ਼ਤਗਰਦੀ ਨੂੰ ਜਿਹੜੀ ਅਜ਼ਹਰ ਮਸੂਦ ਜਾਂ ਹੋਰ ਕਿਸਮ ਦੇ ਦਹਿਸ਼ਤਗਰਦ ਆ ਉਹਨਾਂ ਦੇ ਨਾਲ ਸਾਨੂੰ ਨਹੀਂ ਜੋੜਨਾ ਚਾਹੀਦਾ। ਨਹੀਂ ਕੰਪੇਅਰ ਨਹੀਂ ਕਰ ਰਹੇ, ਸਮਝੀ ਅਸੀਂ ਕਰ ਰਹੇ ਹਾਂ ਉਸ ਮੁੱਦੇ ਤੇ ਇੰਨੀ ਡਿਬੇਟ ਕਿਉਂ ਨਹੀਂ ਹੋਈ? ਉਹ ਇਸ ਕਰਕੇ ਕਿਉਂਕਿ ਫਿਰ ਇਹਦਾ ਪੋਲੀਟੀਕਲ ਫਾਇਦਾ ਕਿਵੇਂ ਹੋਊਗਾ ਕਿਉਂਕਿ ਦੇਸ਼ ਭਗਤੀ ਨਾਲ ਜੁੜਦਾ। ਵਿਕਰਮਜੀਤ ਸਵਾਲ ਸਾਰਾ ਉੱਥੇ ਅਗਰ ਰੁਕ ਜਾਂਦਾ ਹੈਗਾ, ਪਰ ਜਿਹੜਾ ਸਵਾਲ ਪ੍ਰਸਮ ਜੀ ਸਿੰਘ ਨੇ ਪਹਿਲਾਂ ਚੁੱਕਿਆ ਸੀ ਇਹ ਹਰ ਚੀਜ਼ ਨੂੰ ਕਾਰੋਬਾਰ ਦੇ ਨਜ਼ਰੀਏ ਨਾਲ ਦੇਖ ਰਹੇ ਆ, ਇਕਨੋਮਿਕਸ ਦੇ ਨਜ਼ਰੀਏ ਨਾਲ ਦੇਖ ਰਹੇ ਆ, ਅਸੀਂ ਇਕਨੋਮਿਕਲੀ ਇਹਨੂੰ ਸਮਝੀਏ ਜਾਂ ਪੋਲੀਟੀਕਲੀ ਸਮਝੀਏ, ਕਿਵੇਂ ਸਮਝੀਏ ਕਿਸ ਚੀਜ਼ ਨੂੰ? ਆ ਜਿਹੜਾ ਮਸੂਦ ਅਜ਼ਹਰ ਵਾਲਾ ਸਾਰਾ ਬੈਨ ਲੱਗਿਆ ਹੈ। ਨਹੀਂ ਦੇਖੋ, ਹਾਂ ਫਸਟਲੀ ਇਟ ਬਿਕਮ ਇਸ਼ੂ ਇਜ਼ ਆਫ ਗਲੋਬਲ ਟੈਰਰਿਜ਼ਮ। ਅਗਰ UN ਸਿਕਿਉਰਿਟੀ ਕਾਉਂਸਲ ਦੇ 15 ਵਿੱਚੋਂ 14 ਮੈਂਬਰ ਸਪੋਰਟ ਕਰ ਰਹੇ ਨੇ ਰੈਜ਼ੋਲੂਸ਼ਨ ਅਗੇਂਸਟ ਅਜ਼ਹਰ ਮਜ਼ਹਰ, ਇਟ ਇਜ਼ ਐਨ ਇਸ਼ੂ ਆਫ ਗਲੋਬਲ ਕੰਸੈਂਸਸ ਔਨ ਟੈਰਰਿਜ਼ਮ, ਠੀਕ ਹੈ ਨਾ। ਉਹਦੇ ਬਾਅਦ ਆਉਂਦੀ ਹੈ ਪੋਲੀਟੀਕਲ। ਚਾਈਨਾ ਔਰ ਪਾਕ ਕਹਿੰਦੇ ਨੇ ਕਿ ਇੰਡੀਆ UN ਕਾਉਂਸਲ ਦੇ ਰੈਜ਼ੋਲੂਸ਼ਨਸ ਨੂੰ ਪੋਲੀਟੀਕਲੀ ਐਕਸਪਲੋਇਟ ਕਰ ਰਹੀ ਹੈ ਟੂ ਲਿਸਟ ਟੂ ਬਲੇਮ ਪਾਕਿਸਤਾਨ, ਔਰ ਪਾਕਿਸਤਾਨ ਕਹਿੰਦੀ ਅਸੀਂ ਇਨਵੋਲਵ ਨਹੀਂ ਹੈ, ਠੀਕ ਹੈ। ਉਹਦੇ ਵਿੱਚ ਜੀਓਪੋਲਿਟਿਕਸ ਮੈਂ ਇਸ ਸਵਾਲ ਕਰਨਾ, ਪਾਕਿਸਤਾਨ ਦੋ ਚੀਜ਼ਾਂ ਕਰਦਾ ਪਿਆ, ਇੱਕ ਪਾਸੇ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਬਾਰਾ ਆ ਜਾਣ, ਇੱਕ ਪਾਸੇ ਕਹਿ ਰਿਹਾ ਉਹ ਪੋਲੀਟੀਕਲ ਯੂਜ਼ ਕਰਦੇ। ਮੈਨੂੰ ਇਹ ਸਮਝ ਹੀ ਨਹੀਂ ਆਈ, ਦੇਖੋ ਉਹ ਦੋ ਚੀਜ਼ਾਂ ਨਹੀਂ ਮੈਨੂੰ ਸਮਝ ਆ ਰਹੀ। ਇਹ ਪਾਕਿਸਤਾਨ ਦੀ ਪਾਕਿਸਤਾਨ ਨੂੰ ਸਭ ਤੋਂ ਫੰਡਾਮੈਂਟਲੀ ਇਹ ਪ੍ਰੋਬਲਮ ਹੈ ਕਿ ਪਾਕਿਸਤਾਨ ਵਿੱਚੋਂ ਫੰਡਾਮੈਂਟਲੀ ਸਟਰਕਚਰਲੀ ਝੂਠ ਬੋਲ ਰਿਹਾ, ਔਰ ਉਹ ਝੂਠ ਨੂੰ ਛੁਪਾਉਣ ਲਈ ਉਹ ਹਜ਼ਾਰ ਝੂਠ ਹੋਰ ਬੋਲੇਗਾ, ਔਰ ਉਹਨਾਂ ਦੀ ਪਾਲਿਸੀਜ਼ ਵਿੱਚ ਕੰਟਰਡਿਕਸ਼ਨਸ ਆਉਣਗੀਆਂ। ਫੋਰ ਐਗਜ਼ਾਮਪਲ, ਪਾਕਿਸਤਾਨ ਦਾ ਫੋਰਨ ਮਿਨਿਸਟਰ TV ਤੇ CNN ਨੂੰ ਇੰਟਰਵਿਊ 'ਚ ਕਹਿੰਦਾ ਹੈ ਕਿ ਮਸੂਦ ਅਜ਼ਹਰ ਸਾਡੇ ਕੋਲ ਹੈਗਾ ਪਰ ਬਿਮਾਰ ਹੈ। ਕੁਛ ਦਿਨ ਬਾਅਦ ਮੇਜਰ ਜਨਰਲ ਗਫੂਰ ਜਿਹੜੇ ਨੇ ਪਾਕਿਸਤਾਨ ਦੇ ਆਰਮੀ ਦੇ ਸਪੋਕਸਪਰਸਨ, ਉਹ BBC ਨੂੰ ਇੰਟਰਵਿਊ ਦਿੰਦੇ ਨੇ, ਕਹਿੰਦੇ ਮਸੂਦ ਅਜ਼ਹਰ ਤਾਂ ਪਾਕਿਸਤਾਨ 'ਚ ਹੈ ਹੀ ਨਹੀਂ। ਸੋ ਇਹ ਜਿਹੜੇ ਕੰਟਰਡਿਕਟਰੀ ਇੰਪਲਸਿਸ ਔਰ ਪਾਲਿਸੀਜ਼ ਔਰ ਸਟੇਟਮੈਂਟਸ ਨੇ, ਇਹ ਦੇਅਰ ਆਈਜ਼ ਫਰੋਮ ਵਨ ਫੰਡਾਮੈਂਟਲ ਫੈਕਟ ਕਿ ਪਾਕਿਸਤਾਨ ਬਹੁਤ ਵੱਡੇ ਝੂਠ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਉਹ ਝੂਠ ਇਹ ਹੈਗਾ ਕਿ ਪਾਕਿਸਤਾਨ ਇਜ਼ ਫਾਊਂਟਨ ਹੈਡ ਆਫ ਟੈਰਰਿਜ਼ਮ। ਇਹ ਜਿਹੜਾ ਮਸੂਦ ਅਜ਼ਹਰ ਹੈ, ਇਹਨੂੰ ਸਾਨੂੰ ਸਿਰਫ ਪਾਕਿਸਤਾਨ ਕਸ਼ਮੀਰ ਵਿੱਚ ਨਹੀਂ ਸਿਰਫ ਦੇਖਣਾ ਚਾਹੀਦਾ ਜਾਂ ਪਾਰਲੀਮੈਂਟ ਹੈ, ਮਸੂਦ ਅਜ਼ਹਰ ਦੇ ਲਿੰਕਸ ਅਲ ਕਾਇਦਾ ਨਾਲ ਹੈਗੇ ਨੇ ਡਾਇਰੈਕਟ, ਮਸੂਦ ਅਜ਼ਹਰ ਦੇ ਲਿੰਕਸ ਅਫਗਾਨਿਸਤਾਨ ਤਾਲਿਬਾਨ ਨਾਲ ਡਾਇਰੈਕਟ ਨੇ, ਔਰ ਅੱਜ ਵੀ ਜਿਹੜਾ UN ਦੇ ਰੈਜ਼ੋਲੂਸ਼ਨ ਨੇ ਉਹਨੂੰ ਲਿਸਟ ਕੀਤਾ, ਉਹਦੇ ਵਿੱਚ ਉਹਨਾਂ ਦੀ ਅਫੀਸ਼ੀਅਲ ਸਟੇਟਮੈਂਟ UN ਦੀ ਇਹ ਹੈਗਾ ਫੋਰ ਲਿੰਕਸ ਵਿਦ ਤਾਲਿਬਾਨ ਐਂਡ ਅਲ ਕਾਇਦਾ, ਠੀਕ ਹੈ। ਕਿਉਂਕਿ ਜਦ ਉਸਾਮਾ ਬਿਨ ਲਾਡਨ ਅਫਗਾਨਿਸਤਾਨ ਵਿੱਚ ਛੁਪਿਆ ਹੋਇਆ ਸੀਗਾ ਤਾਂ ਮਸੂਦ ਅਜ਼ਹਰ ਨੇ ਉਹਦੀ ਮਦਦ ਕੀਤੀ। ਅੱਜ ਅਫਗਾਨਿਸਤਾਨ ਤਾਲਿਬਾਨ ਦੇ ਜਿਹੜੇ ਕਾਡਰਸ ਨੇ ਉਹ ਮਸੂਦ ਅਜ਼ਹਰ ਰਿਕਰੂਟਮੈਂਟ ਕਰਦਾ ਹੈਗਾ। ਸੋ ਮਸੂਦ ਅਜ਼ਹਰ ਦੇ ਜਿਹੜੇ ਲਿੰਕਸ ਨੇ ਉਹ ਗਲੋਬਲ ਨੇ। ਮਸੂਦ ਅਜ਼ਹਰ ਨੇ UK ਵੀ ਜਾ ਕੇ ਰੈਡੀਕਲਿਜ਼ਮ ਕੀਤੀ ਹੈ, ਮਸੂਦ ਅਜ਼ਹਰ ਨੇ ਸੋਮਾਲੀਆ ਵੀ ਜਾ ਕੇ ਰੈਡੀਕਲਿਜ਼ਮ ਫੋਸਟਰ ਕੀਤੀ ਹੈ। ਸੋ ਉਹ ਇੱਕ ਗਲੋਬਲ ਟੈਰਰਿਸਟ ਹੈ। ਸੋ ਆਈ ਥਿੰਕ ਫਸਟਲੀ ਵੀ ਸ਼ੁੱਡ ਸੀ ਮਸੂਦ ਅਜ਼ਹਰ ਐਜ਼ ਅ ਗਲੋਬਲ ਟੈਰਰਿਸਟ, ਠੀਕ ਹੈ, ਐਜ਼ ਅ ਮੈਨ ਹੂ ਇਜ਼ ਅ ਫਾਊਂਟਨ ਹੈਡ ਔਫ ਸਪਰੈਡਿੰਗ ਗਲੋਬਲ ਟੈਰਰ। ਉਹ ਕੋਈ ਛੋਟੀ ਹਸਤੀ ਨਹੀਂ ਹੈ, ਹੀ ਇਜ਼ ਅ ਮੇਜਰ ਟੈਰਰਿਸਟ ਐਂਟੀਟੀ। ਠੀਕ ਹੈ ਹਰਜੀਤ ਸਿੰਘ ਭੁੱਲਰ, ਤੁਸੀਂ ਹਰ ਐਕਟੀਵਿਟੀ ਨੂੰ ਵੋਟਾਂ ਲਈ ਕਿਉਂ ਵਰਤਦੇ ਪਏ ਹੋ? ਅਸੀਂ ਕਿਸੇ ਵੀ ਐਕਟੀਵਿਟੀ ਨੂੰ ਵੋਟਾਂ ਲਈ ਨਹੀਂ ਵਰਤ ਰਹੇ, ਪਹਿਲੀ ਗੱਲ ਤਾਂ ਕਲੀਅਰ ਕਰ ਦਈਏ। ਦੂਸਰੀ ਗੱਲ ਜਿਹੜੀ ਢਿੰਗਰਾ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਕ੍ਰੈਡਿਟ ਕਿਉਂ ਲੈ ਰਹੇ ਹਾਂ, ਦੇਖੋ ਜਿਹੜੀ ਗਵਰਨਮੈਂਟ ਜਿਸ ਟਾਈਮ ਪਾਵਰ 'ਚ ਹੈਗੀ ਹੈ ਉਹਦੇ ਟਾਈਮ ਦੇ ਉੱਤੇ ਕੁਛ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਨੇ ਜਾਂ ਕੋਈ ਅਚੀਵਮੈਂਟ ਹੁੰਦੀਆਂ ਨੇ, ਉਹਦਾ ਕ੍ਰੈਡਿਟ ਤਾਂ ਉਸੇ ਗਵਰਨਮੈਂਟ ਨੂੰ ਜਾਣਾ, ਕਿਸੇ ਹੋਰ ਨੂੰ ਤਾਂ ਜਾਣਾ ਨਹੀਂ। ਜਦੋਂ ਮਰਜ਼ੀ ਸਟਾਰਟ ਹੋਈਆਂ ਹੋਣ, ਜੇ ਤਾਂ ਉਦੋਂ ਤੁਸੀਂ
इंप्लीमेंट कर लेंगे उन्हें ले जाते तो ठीक है तुम क्रेडिट ले लेंगे लेकिन आज अगर कोई ऐसी अचीवमेंट्स हुई ने जहाँ ऐसे कदम ले गए इंडिया तो अमेरिका एक मिनट सुन तो लो भुल्लर साहब सवाल तो सुन लिया करो इंडिया तो अमेरिका का साझा क्रेडिट है मैं एक जहां यूएन दे जेड़े बाकी मेंबर देश है के देखो, है उन्होंने नाल मिलके सब जगह इंडिया ने पीछे क्यों छड़ना जेने लास्ट चाइना ने भी क्रेडिट दे दिया फिर एक मिनट इंडिया ने इस चीज नु ग्लोबल लेवल दे उते बड़ा हाईलाइट कीता जो नरेंद्र भाई मोदी आए और एनडीए सरकार आई टेररिज्म दे उते उन्होंने पूरा टारगेट रख के हर किसी नु जाके इस गल ते अप्रोच कीता और इनु इकट्ठे होने लई सारे यूनाइट करने की कोशिश की और अज उस चीज का रिजल्ट है कि आज सारे सारे लोग यूनाइट हुए और चाइना नु ही मजबूर होके नाल लगना पया। मैं पहला भी सवाल किया सी पुलवामा पठानकोट उरी नगरोटा ये सब कुछ भूल गए सी मैं तो कह भूल नहीं सकते नकामियां ये भी है ना नकामियां भी है ना असी ते असी ते 26/11 नहीं भूल सकते जम्मू कश्मीर दे विच अटैक असी 26/11 नहीं भूल सकते असी 5 लाख जिहड़े पंडित कटे गए सीगे 89 ਦੇ ਵਿੱਚ ਉਹ ਵੀ ਨਹੀਂ ਭੁੱਲ ਸਕਦੇ ਅਸੀਂ ਤੇ 3000 3500 ਸਿੱਖਾਂ ਦਾ ਕਤਲਾਮ ਵੀ ਨਹੀਂ ਭੁੱਲ ਸਕਦੇ ਕੋਈ ਵੀ ਚੀਜ਼ ਭੁੱਲੀ ਨਹੀਂ ਜਾ ਸਕਦੀ ਗੁਜਰਾਤ ਭੁੱਲ ਗਏ ਦੇਖੋ ਗੋਦਰਾ ਵੀ ਨਹੀਂ ਭੁੱਲ ਸਕਦੇ ਤੁਸੀਂ ਹਾਂ ਗੋਦਰਾ ਲੇਕਿਨ ਜਿਹੜੇ ਹਜ਼ਾਰਾਂ ਚੀਜ਼ਾਂ ਹੋਈਆਂ ਨੇ ਉਹਨਾਂ ਕਿਸੇ ਚੀਜ਼ ਨੂੰ ਭੁੱਲਿਆ ਨਹੀਂ ਜਾ ਸਕਦਾ ਹੈਗਾ ਪਰ ਅੱਜ ਇਹ ਤੁਹਾਡੀ ਅਚੀਵਮੈਂਟ ਹੈ ਐਨਡੀਏ ਗਵਰਨਮੈਂਟ ਦੀ ਠੀਕ ਹੈ ਕੇਵਲ ਟਿੰਗਰਾ ਮੈਂ ਸਿਰਫ ਇਹ ਵੀ ਨਾਲ ਪੁੱਛਣਾ ਚਾਹੁੰਦਾ ਅੰਦਰੂਨੀ ਭਾਰਤ ਦੇ ਅੰਦਰ ਜਿਹੜਾ ਆਤੰਕਵਾਦ ਪਨਪ ਰਿਹਾ ਹੈ ਉਸ ਦੇ ਉੱਤੇ ਬੀਜੇਪੀ ਦਾ ਕੀ ਕਹਿਣਾ ਇਹ ਵੀ ਇਹ ਦੱਸਣ ਗੱਟਾ ਗਾਓ ਦੇ ਵਿੱਚ ਜਿਹੜਾ ਹੈਗਾ ਬੂਥ ਨੰਬਰ 115 ਦੇ ਉੱਤੇ ਟਵਿਨ ਬਲਾਸਟ ਹੋਇਆ ਆਪਣਾ ਥੋੜੇ ਦਿਨ ਪਹਿਲਾਂ ਦਨੋਰਾ ਤਹਿਸੀਲ ਦੇ ਉੱਤੇ 18 ਗੱਡੀਆਂ ਜਲ ਗਈਆਂ ਉਹ ਕੀ ਸੀਗਾ ਉਹ ਵੀ ਦੇਖਣਾ ਚਾਹੀਦਾ 2016 ਦੇ ਵਿੱਚ ਵੀ 80 ਗੱਡੀਆਂ ਨੂੰ ਜਲਾਇਆ ਗਿਆ ਸੀਗਾ ਉਹਦੇ ਉੱਤੇ ਬੀਜੇਪੀ ਸਰਕਾਰ ਨੇ ਕੀ ਕੀਤਾ ਫਿਰ ਗੜ ਚਰੋਲੀ ਵਾਲਾ ਇੰਸੀਡੈਂਟ ਹੁਣ ਨਵਾਂ ਇਹ ਜਦੋਂ ਜਿਹੜਾ ਅੰਦਰੂਨੀ ਆਤੰਕਵਾਦ ਜਿਹੜਾ ਬਣ ਰਿਹਾ ਇਹ ਇਲੈਕਸ਼ਨ ਦੇ ਦੌਰਾਨ ਬਣ ਰਿਹਾ ਕਿਉਂ ਬਣ ਰਿਹਾ ਅੰਦਰੂਨੀ ਆਤੰਕਵਾਦ ਜਿਹੜਾ ਉਹਦੇ ਉੱਤੇ ਬੀਜੇਪੀ ਨੇ 5 ਸਾਲਾਂ ਦੇ ਵਿੱਚ ਕੀਤਾ ਕੀ ਸਿਰਫ ਗੱਲਾਂ ਮਾਰ ਰਹੇ ਨੇ ਔਰ ਹੁਣ ਜਿਹੜਾ ਵੋਟਾਂ ਦਾ ਟਾਈਮ ਆ ਗਿਆ ਹੁਣ ਟਿੰਗਰਾ ਸਾਹਿਬ ਵੈਸਟ ਬੰਗਾਲ ਦੇ ਵਿੱਚ ਵੈਸਟ ਬੰਗਾਲ ਜਿਹੜੇ ਅੱਜ ਦੰਗੇ ਹੋ ਰਹੇ ਆ ਵੈਸਟ ਬੰਗਾਲ ਜੋ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਤੁਸੀਂ ਸਮਝੌਤਾ ਕਰਦੇ ਫਿਰਦੇ ਹੋ ਸਪੀਚਾਂ ਆਈਆਂ ਹਲੇ ਤੱਕ ਉਹ ਸਾਰੀਆਂ ਸਪੀਚਾਂ ਡਿਊਰਿੰਗ ਤੁਸੀਂ ਇਹਦੇ ਸੁਣ ਲਓ ਉਹਦੇ ਵਿੱਚ ਸਿਰਫ ਇੱਕ ਰਾਸ਼ਟਰਵਾਦ ਦਾ ਜ਼ਿਕਰ ਕਰਦੇ ਆ ਹੋਰ ਕੋਈ ਜ਼ਿਕਰ ਨਹੀਂ ਕਰਦੇ ਕਿਉਂਕਿ 5 ਸਾਲ ਜਿੰਨੇ ਵਾਅਦੇ ਕੀਤੇ ਸੀ ਉਹਦੇ 'ਚ ਕੰਮ ਕੋਈ ਨਹੀਂ ਕੀਤਾ ਤੇ ਜਦੋਂ ਤੁਸੀਂ ਕੰਮ ਕੋਈ ਨਹੀਂ ਕੀਤਾ ਤੇ ਤੁਹਾਡੀ ਜਿਹੜੀ ਜਿਹੜਾ 0 ਹੈ 0/0 ਉਹਦੇ ਉੱਤੇ ਤੁਸੀਂ ਇਹ ਰਾਸ਼ਟਰਵਾਦ ਦੇ ਮੁੱਦੇ ਚੱਕੀ ਜਾਂਦੇ ਹੋ ਮਸੂਦ ਅਜ਼ਹਰ ਨੂੰ ਕੌਮਾਂਤਰੀ ਦਹਿਸ਼ਤਗਰਦ ਐਲਾਨ ਦਿੱਤਾ ਇਹ ਵੀ ਰਾਸ਼ਟਰਵਾਦ ਦਾ ਮੁੱਦਾ ਜਿੱਥੇ ਇਹ ਚੀਜ਼ਾਂ ਹੋ ਰਹੀਆਂ ਕੋਈ ਨਵੀਆਂ ਚੀਜ਼ਾਂ ਨਹੀਂ ਉੱਥੇ ਨੈਕਸਲਾਈਟਸ ਔਰ ਪਹਿਲਾਂ ਕਾਂਗਰਸ ਨਾਲ ਹੁੰਦੀਆਂ ਰਹੀਆਂ ਅੱਜ ਕਾਂਗਰਸ ਉੱਥੇ ਹੈ ਨਹੀਂ ਕਾਂਗਰਸ ਉਸ ਪਾਰਟੀ ਨੇ ਸਮਝੌਤਾ ਕਰਨਾ ਚਾਹੁੰਦੀ ਸੀ ਜਿਹੜੀ ਪਾਰਟੀ ਇਹ ਸਭ ਕੁਝ ਕਰਵਾ ਰਹੀ ਹੈ ਇਹਨਾਂ ਨੇ ਸਿਰਫ ਉਹਨਾਂ ਗੁੰਡੇ ਮਤਲਬ ਹਰ ਜਗ੍ਹਾ ਉੱਤੇ ਜਿਹੜੇ ਸਮਝੌਤੇ ਹੋ ਰਹੇ ਉਹਨਾਂ ਪਾਰਟੀਆਂ ਨਾਲ ਹੋ ਰਹੇ ਨੇ ਗੁੰਡਾਗਰਦੀ ਕਰ ਰਹੇ ਨੇ 86 ਨਕਸਲੀ ਹਮਲੇ ਹੋ ਚੁੱਕੇ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਇੱਕ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਮੈਂ ਕੋਸ਼ਿਸ਼ ਕਰ ਰਿਹਾ ਕਿ ਚੀਜ਼ਾਂ ਨਿਕਲ ਕੇ ਬਾਹਰ ਹੋਣ ਪਰ ਚੀਜ਼ਾਂ ਬਾਹਰ ਨਿਕਲ ਕੇ ਆਉਣ ਦੀ ਬਜਾਏ ਫਿਰ ਉਸੇ ਸਿਆਸਤ ਵਿੱਚ ਉਲਝਦੀਆਂ ਨਜ਼ਰ ਆ ਰਹੀਆਂ ਸਾਰੀ ਵੋਟ ਬੈਂਕ ਦੀ ਪੋਲਿਟਿਕਸ ਹੈ ਕਦੇ ਕਿਹੜੀ ਹਿੰਸਾ ਦੀ ਗੱਲ ਕਦੇ ਹੋ ਰਹੀ ਹੈ ਕਦੇ ਕਿਹੜੀ ਹਿੰਸਾ ਦੀ ਗੱਲ ਪਰ ਇਹ ਬਹੁਤ ਵੱਡਾ ਮੁੱਦਾ ਹੈਗਾ ਜਿਹੜਾ ਅੰਦਰੂਨੀ ਦਹਿਸ਼ਤਗਰਦੀ ਦੀ ਗੱਲ ਕੀਤੀ ਜਾ ਰਹੀ ਹੈਗੀ ਹੈ ਉਸ 'ਤੇ ਇਹ ਸਿਆਸੀ ਪਾਰਟੀਆਂ ਕਿਉਂ ਨਹੀਂ ਬੋਲਦੀਆਂ ਹੈਗੀਆਂ ਅਤੇ ਕਿੰਨਾ ਬੋਲਦੀਆਂ ਹੈਗੀਆਂ ਆਪਦੇ ਆਪਦੇ ਸਮੇਂ 'ਤੇ ਇਹਨਾਂ ਨੇ ਕੀ ਕੀਤਾ ਹੈਗਾ ਸਵਾਲ ਉਹਨਾਂ ਪਾਰਟੀਆਂ 'ਤੇ ਵੀ ਹੈਗੇ ਜਿਹੜੀਆਂ ਪਾਰਟੀਆਂ ਹੁਣ ਵਿਰੋਧ ਵਿੱਚ ਬੈਠੀਆਂ ਸਵਾਲ ਚੁੱਕਦੀਆਂ ਪਈਆਂ ਹੈਗੀਆਂ ਕਿਉਂਕਿ ਇਹ ਵੋਟ ਬੈਂਕ ਪੋਲਿਟਿਕਸ ਦਾ ਹਿੱਸਾ ਹੈਗਾ ਇਹ ਅੰਦਰੂਨੀ ਦਹਿਸ਼ਤਗਰਦੀ ਜਿਹੜੀ ਹੁੰਦੀ ਹੈ ਉਸ 'ਤੇ ਵੀ ਸਵਾਲ ਪੁੱਛਣੇ ਲਾਜ਼ਮੀ ਹੈਗੇ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਸਵਾਲ ਇੱਕੋ ਪੁੱਛ ਰਿਹਾ ਸਵਾਲ ਵੱਡਾ ਇਹ ਪੁੱਛ ਰਿਹਾ ਅਸੀਂ ਮਸੂਦ ਅਜ਼ਹਰ ਸਨੇ ਬਾਕੀ ਦੇ ਕੌਮਾਂਤਰੀ ਦਹਿਸ਼ਤਗਰਦਾਂ 'ਤੇ ਲੱਗੀ ਪਾਬੰਦੀ ਦਾ ਅੰਜਾਮ ਕੀ ਹੈ ਵਿਕਰਮਜੀਤ ਤੁਸੀਂ ਆਪਦੀ ਗੱਲ ਵੀ ਕਹਿ ਲਿਓ ਮੇਰਾ ਸਵਾਲ ਵੀ ਲੈ ਲਓ ਨਾਲ ਵਿਕਰਮਜੀਤ ਹਾਫਿਜ਼ ਸਈਦ ਸਨੇ ਹੋਰ ਕਈ ਕੌਮਾਂਤਰੀ ਦਹਿਸ਼ਤਗਰਦ ਲਾਣੇ ਜਾ ਚੁੱਕੇ ਹੈ ਉਹਨਾਂ ਦੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਉਹਨਾਂ ਨੂੰ ਬਦਲਿਆ ਜਾ ਰਿਹਾ ਉਹ ਬਦਲ ਕੇ ਆਪਦੀ ਗਤੀਵਿਧੀਆਂ ਕਰਦੇ ਪਏ ਹੈਗੇ ਆ ਹਾਫਿਜ਼ ਸਈਦ ਨੂੰ ਅਸੀਂ ਫੜ ਕੇ ਲਿਆਉਣਾ ਦਾਊਦ ਨੂੰ ਅਸੀਂ ਫੜ ਕੇ ਲਿਆਉਣਾ ਬੜਾ ਕੁਛ ਅਸੀਂ ਇਹ ਵੀ ਗੱਲਾਂ ਕੀਤੀਆਂ ਹੈਗੀਆਂ ਇਹ ਕੌਮਾਂਤਰੀ ਦਹਿਸ਼ਤਗਰਦ ਠੱਪਾ ਲਾਉਣ ਤੋਂ ਬਾਅਦ ਹੁੰਦਾ ਕੀ ਹੈਗਾ ਦਰਸ਼ਕਾਂ ਨੂੰ ਇਹ ਸਮਝ ਨਹੀਂ ਹੈਗੀ ਸਮਝਾਉਣਾ ਜ਼ਰੂਰ ਹੈ ਨਹੀਂ ਆਲ ਕਮ ਟੂ ਦੈਟ ਪੁਆਇੰਟ ਵਿਚ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ ਕਿਉਂਕਿ ਅੱਜ ਕਾਫੀ ਇਹ ਚਰਚਾ ਹੈ ਕਿ ਅਗਰ ਯੂਐਨ ਡੈਜ਼ਿਗਨੇਟ ਵੀ ਕਰ ਦਿੰਦਾ ਐਜ਼ ਗਲੋਬਲ ਟੈਰਰਿਸਟ ਉਹਦਾ ਫਾਇਦਾ ਕੀ ਹੁੰਦਾ ਇਨ ਦ ਲੌਂਗ ਰਨ
सो वील कम टू दैट। पर इस तो पहला एक एक फंडामेंटल क्वेश्चन ये राइज करता है कि अगर चाइना ने मजूर अजहर की लिस्टिंग नू ब्लॉक अनब्लॉक किया ब्लॉक अपना लिफ्ट किया तो उसके पिछे की डील की हो सकती है विद एनडीए गवर्नमेंट क्योंकि चाइना इज ऑल्सो वेरी ट्रांजैक्शनल वो अगर कोई चीज देगा तो वो क्योंकि मोर पावरफुल नेशन है वो तीन चीज़ें वापस लेगा। तुसी ये देखो कि वुहन समिट अप्रैल 2018 पिछले साल होया उदे बाद तीन चार इंडिया दी पॉलिसी चेंजेस बड़ी डिस्टिंक्टिवली आईया नोटिस विच। एक मोदी साहब ने जिहड़ी चाइना दा बेल्ट एंड रोड इनिशिएटिव है उहदी क्रिटिसिजम बिल्कुल खत्म करती बहुत म्यूट करती। दूजा इन्होंने जिहड़ा टिबेट कार्ड सी दलाई लामा दा कार्ड सीगा जिहनूं दलाई लामा चाइना बड़ा चिड़दा जिला दलाई लामा नूं इन्होंने बिल्कुल खत्म करता जिस तरह कहिंदे ने दलाई लामा नूं गैब करता कहिंदा सी तुहानूं मिलना भी नहीं चाहुंदे। तीजा मोदी साहब ने किया कि जिहड़ी एक मिलिट्री अलायंस बन रही सी बिटवीन जपान ऑस्ट्रेलिया यूएस एंड इंडिया इन द इंडो पैसिफिक जिन्हों क्वाड कहिंदे ने मोदी साहब ने ऑस्ट्रेलिया नूं पहला तो ऑस्ट्रेलिया नूं इंक्लूड नहीं करन तो ना करती कि ऑस्ट्रेलिया की नेवी साढ़े फोर कंट्रीज़ की क्वाड अलायंस मिलिट्री अलायंस नहीं बनेगी। दूजा मोदी साहब ने कहा कि ये क्वाड एक जियो पोलिटिकल अलायंस नहीं मैं चाहता ठीक है आई ओनली वॉन्ट इट एज अ रूल्स बेस्ड फॉरमेशन ऑफ कंट्री। सो ये सारिया जिहड़ियां चीज़ां सीगियां ये चाइना के हक में जांदियां ने और मैनू ये शक है कि ये जिहड़ा चाइना ने मसूद अजहर के बैन लिफ्ट किया उहदे पिछे एक डील हुई है और तुसीं अगले आने वाले समय देखोगे कि मोदी साहब का जिहड़ा चाइना के खिलाफ जिहड़ा रवैया वो होर नरम हो जाएगा। नहीं चाइना चाइना ते पाकिस्तान नू मोदी साहब सूट कर दे देखो चाइना और पाकिस्तान चाइना नू ते मोदी साहब सूट कर रहे ने और चाइना का यह व्यू हैगा कि मोदी नाल डील करना ईजी इसलिए हैगा क्योंकि मोदी इज अ डायरेक्ट ट्रांजैक्शनल लीडर वेयर एज अगर कोई कोलिशन गवर्नमेंट आ जाती है उसके नाल डील करना मुश्किल है क्योंकि बहुत ज़्यादा पार्टीज की कैकोफोनी या बहुत सारे कन्फ्यूजन पै जाती है। सो मोदी नाल डायरेक्टली डील करो और मोदी का एक होर हैगा क्योंकि मोदी साहब एक राइट विंग लीडर ने बड़े एक्सट्रीम राइट विंग द लीडर मने जाते हैं सो ही कैन सैल अ लॉट ऑफ थिंग्स टू इंडिया जिहड़ी दूसरी गवर्नमेंट मुश्किल फाइंड करेगी। सो चाइना नू सूट करे और चाइना ने इसलिए देखो मे वन नू लिफ्ट किया है और इलेक्शन के तीन फेज होर बड़े इंपॉर्टेंट पे ने सो इट इज ऑलसो पोलिटिकली टाइम डिसीजन। ट्रंप ते मोदी नू एक प्लेटफॉर्म ते रखा जा सकता है उन्हां दी व्यूज काफ़ी सिमिलर है ने। नाउ वी कम टू द सेकंड जिहड़ा हाफिज नाफी टेक हाफिज सईद देखो ऑल सैड एंड डन जब यूएन विच लिस्टिंग हुई हाफिज सईद ते उहदे बाद बहुत सारा ग्लोबल प्रेशर पाकिस्तान ते आया हाफिज सईद ते पाकिस्तान अमेरिका ने $10 million की बाउंटी भी रखी बिल्कुल ठीक है। तुसी लेट्स गो बाय फैक्ट्स फैक्ट्स ए ने कि आफ्टर मुंबई अटैक पाकिस्तान ने या लश्कर ने इंडिया विच कोई वड्डा हमला नहीं किया कश्मीर नू छड़ के रणनीति बदलती उन्होंने ठीक है। जर्मन बेकरी ब्लास्ट होया पुणे 2010 फरवरी च पर जर्मन बेकरी ब्लास्ट विच भी पाकिस्तान दे लिंक बड़े मुश्किल मिले क्योंकि पाकिस्तान ने एक कॉन्शियस एफर्ट की थी कि अपने जिहड़े लिंक्स ने उन्होंने छुपाया जाए दैट मीनस दे वर अंडर प्रेशर कि असी कितने लिंक ना फेयर हो जाइए चाहे पिछों कितने पाकिस्तान का हाथ सीगा पर पाकिस्तान ने पूरी हुण कोशिश की थी कि असी अपना लिंक ना दिखाइए। इंडियन मुजाहिदीन ने ब्लास्ट क्लेम किया जर्मन पुणे बेकरी ब्लास्ट विच सो कितने ना कितने लश्कर अच्छा हफीज सईद ते सैंक्शन आए लश्कर ते सैंक्शन आए उन्होंने अपने नाम बदलने पे अपने फंड फंडिंग ऑर्गेनाइजेशंस बदलनी पी पाकिस्तान ने विक्रम जी गल तुसी कह रहे हो पहला सिविलियन ते हमला हुंदा सी सिविलियन तो हमला बदल के असी सुरक्षा बलों ते करना शुरू करता पुलिस चौकियों ते करना शुरू करता ये रणनीति हुण होर भी बदल सकती है ना फिर होर भी बदल सकती है पर सिविलियंस ते जिहड़े हमले सीगे वह खत्म हो गए यू हैव टू अंडरस्टैंड दैट देयर हैज बीन एन इंपैक्ट ऑफ द लश्कर ग्लोबल सैंक्शन एंड क्योंकि पाकिस्तान नू सारे वर्ल्ड ने सेंसर किया क्योंकि अमरीकन भी मरे मुंबई में दूजे नैशनैलिटीज़ भी मरे और पूरे ग्लोब ने कहा भी ये गलत गल है तुसी सिविलियंस से हमला करके मार रहे हो तो पाकिस्तान नू उहदा बहुत एडवर्स रिपरकशन होया और लगता है कि मसूद अजहर ते बैन दे नाल कुछ नवा फर्क पवेगा। यस फर्क पेगा नॉट टू द एक्सटेंट कि टेररिज्म खत्म हो जाएगी बट पाकिस्तान विल बी फोर्स टू नॉट बी सो ओपन एंड ब्रेजन अबाउट धर्म के नाते अटैक तो नहीं बदलगे धर्म के वह फिर इट्स वेरी कॉम्प्लीकेट देखो धर्म के नाम से अटैक्स हो सकते हैं क्योंकि एक एक वड्डी प्रॉब्लम है ना फिर पॉलिसी चेंज हो जाएगी ना नहीं एक वड्डी नो एक जिहड़े ये जिहादी हैगे ने और जिहड़े दूजे भी टेररिस्ट ने ये अपने आप भी अटैक कर सकते हैं विदाउट सैंक्शन फ्रॉम एनी गवर्नमेंट
दे आर कॉल्ड रोग जिहादी ठीक है और इन्हों की अपनी ऑटोनमी है क्योंकि एक ही जिहादी का यह है जिहादी चाहते हैं कि पाकिस्तान और इंडिया एक बहुत बड़ा जंग हो जाए और एक बार आर दी पार लड़ाई होकर कश्मीर का मुद्दा तद सैटल होएगा सो एक कुछ भी कर सकते विदाउट सैंक्शन फ्रॉम पाकिस्तान डीप स्टेट और नॉट ठीक है सो बड़े फैक्टर्स ने वेरिएबल्स ने सानू समझना पड़ेगा गहराई विच अदरवाइज वी कैन नॉट मेक एन असैसमेंट लाइक मैं दो तीन गल्लां काली काली कहनियां चाहूंगा एक तो जिहड़ा भी भावे उन्हें जिहादी कहो भावें जोड़े कोई धर्म के नाते टैररिस्ट कहो कई बार आप मुस्लिम टैररिस्ट भी कहन लग जाने पर यह सारा जोड़ा फनोमना यदि जी अबारत 25 साल पहला हंटिंगटन ने जो क्लैस ऑफ सिविलाइजेशन लिखा उन्हें लिखती सी भी असी इंज कर जा रहे हैं वो बड़ी चर्चा हुई सी भी ये नहीं हो सकता जी ये नहीं हो सकता मैं उदे च नहीं जाऊँगा क्यों उन्होंने उदों ही कहा कि मुस्लिम वर्ल्ड के नाल जिहड़ा क्लैश जिहड़ा किवें आऊगा और उन्हूं ऑर्केस्टर किया गया एक खास राजनीतिक ते आर्थिक मदद ले रही गल जिहड़ी हुणे दा अज़र दा की चाइना दे नाल जां रशिया दे नाल की दोवें ही बड़ी हैरानी होगी कि पुतिन भी ते शी भी ये जिहड़े दोवें ही रल के इस गल नूं दिलों चाहुंदे आ कि मैं मैनू ये मतलब कहना नहीं चाहिए पर मैनू लग रहा है जिन्या क मैनू इनफॉर्मेशन इधरों इधर सारे लोग कहिंदे है कि उन्होंने चाहते हैं कि राइट विंग इत्थे सरकारां जिहड़ियां रहण और खासकर जे मोदी वर्गी कोई सरकार आउंदी है तो उन्होंने हैंडल करना बड़ा सौखा इको आदमी नाल गल करनी है यानी कि ग्लोबल दे ग्लोबल समझ ये कह रही है कि मिस्टर मोदी दोबारा प्रधानमंत्री बनने चाहिए तुसी देखो पुतिन बिल्कुल पुतिन का देखो तो मैक्रोन सपोर्ट फ्रांस करता ट्रंप बारे उन्हां दी इनक्वायरी अजे तक चली जाती है ट्रंप नूं सपोर्ट कर दिता और हुण इत्थे भी उन्हां दी जिहड़ी है गुजे छपे क्योंकि हथियार इत्थे वेचणे आ तुसीं रफाल दे 30,000 करोड़ रुपया सीधा जिन्हों मर्जी देता इहो जिहा एक मिनट इहो जिहा डीलां होर बहुत हथियारां दीआं भी होणगीआं और ट्रेड दे विच बेनीफिट लै जाणगे उन्हां नूं बड़ा वधिया लग रिहा कि इहो जिहा बंदा आ जाए लास्ट कमेंट फटाफट केवल टिंगरा इस सब दे विचाले डील लग रही तुहानूं सब कुछ डील है किन्ने डील कीती ਤਾਂ ਕਲੈਰਿਟੀ ਹੈ ਅੰਦਰੂਨੀ ਆਤੰਕਵਾਦ ਵੀ ਸਾਡਾ ਜਿਹੜਾ ਵੋਟ ਲੈਣ ਦਾ ਚੱਕਰ ਹੈ ਔਰ ਦੂਜਾ ਜਿਹੜਾ 5 ਸਾਲਾਂ ਦੇ ਵਿੱਚ ਜਿਹੜੇ ਮੋਦੀ ਰਾਜ ਦੇ ਵਿੱਚ 1086 ਨਕਸਲੀ ਹਮਲੇ ਹੋਏ ਨੇ 351 ਸਾਡੇ ਜਵਾਨ ਸ਼ਹੀਦ ਹੋ ਗਏ ਔਰ 582 ਸਿਵਲੀਅਨ ਜਿਹੜੇ ਆ ਉਹ ਮਾਰੇ ਗਏ ਤੇ ਮੋਦੀ ਸਰਕਾਰ ਜਿਹੜੀ ਹੈ ਉਹਦੇ ਤੇ ਸਿਆਸਤ ਕਰ ਰਹੀ ਹੈ ਔਰ ਉਹਦੇ ਉੱਤੇ ਵੋਟ ਲੈਣ ਦੀ ਖਾਤਰ ਸਾਰੀ ਗੱਲ ਕਰ ਰਹੀ ਹੈ ਹੋਰ ਕੁਝ ਕੰਮ ਨਹੀਂ ਹੈ ਇਹਨਾਂ ਨੂੰ ਜਿਹੜੀ ਫੋਟੋ ਲਾ ਕੇ ਸੈਨਿਕਾਂ ਦੀ ਪਿੱਛੇ ਲਾ ਕੇ ਜਿਹੜੀ ਗੱਲ ਵੀ ਕਰਦੇ ਆ ਔਰ ਉਸਦੇ ਉੱਤੇ ਇਲੈਕਸ਼ਨ ਕਮਿਸ਼ਨ ਚੁੱਪ ਕਰਕੇ ਬੈਠਾ ਰਹਿੰਦਾ ਹੈ ਇਹ ਵੀ ਇਸੇ ਚੀਜ਼ ਦਾ ਉਹ ਚੱਲ ਰਿਹਾ ਕੇਵਲ ਟਿੰਗਰਾ ਤੁਹਾਨੂੰ ਵੀ ਡਰ ਸਤਾ ਰਿਹਾ ਹੈ ਕਿ ਗਲੋਬਲ ਪੱਧਰ ਤੇ ਮੋਦੀ ਸਾਹਿਬ ਦੇ ਜਿਹੜੀ ਸਪੋਰਟ ਆ ਵਧਦੀ ਪਈ ਹੈ ਤੁਹਾਨੂੰ ਵੀ ਡਰ ਸਤਾ ਰਿਹਾ ਨਹੀਂ ਨਹੀਂ ਗਲੋਬਲ ਤੇ ਵਧੇਗੀ ਜਾਂ ਘਟੇਗੀ ਉਹ ਅਲੱਗ ਗੱਲ ਹੈ ਨਹੀਂ ਟਿੰਗਰਾ ਸਾਹਿਬ ਇਲੈਕਸ਼ਨ ਚੱਲਦੀਆਂ ਪਈਆਂ ਮੈਂ ਸਵਾਲ ਕਰ ਸਕਦਾ ਤੁਹਾਨੂੰ ਕਿ ਨਹੀਂ ਕਰ ਸਕਦਾ ਦੇਖੋ ਇਹ ਗੱਲ ਤਾਂ ਪਹਿਲਾਂ ਹੀ ਕਹਿ ਰਹੇ ਨੇ ਉਹਨਾਂ ਨੇ ਵਿਕਰਮ ਜੀ ਨੇ ਵੀ ਆ ਗੱਲ ਕਹੀ ਹੈ ਕਿ ਜਿਹੜੇ ਪੱਧਰ ਦੇ ਉੱਤੇ ਗੱਲ ਚੱਲ ਰਹੀ ਹੈ ਉਹਨਾਂ ਨੂੰ ਫਾਇਦਾ ਹੈ ਮੋਦੀ ਜੀ ਦਾ ਲੇਕਿਨ ਉਹ ਗੱਲ ਅਲੱਗ ਹੈਗੀ ਹੈ ਪੁੱਲਰ ਸਾਹਿਬ ਨਹੀਂ ਠੀਕ ਹੈ ਪੁੱਲਰ ਸਾਹਿਬ ਇਹਨਾਂ ਨੂੰ ਜਿਹੜਾ ਇਸ ਚੀਜ਼ ਦਾ ਫਾਇਦਾ ਇਸ ਟਾਈਮ ਨਾਲ ਜਿਹੜਾ ਦਿਖ ਰਿਹਾ ਉਹ ਇਸ ਟਾਈਮ ਇਲੈਕਸ਼ਨ ਵੀ ਦਿਖ ਰਿਹਾ ਤੇ ਪੁੱਲਰ ਸਾਹਿਬ ਤੁਸੀਂ ਅੱਗੇ ਪਾਕਿਸਤਾਨ ਬਾਰੇ ਕਾਂਗਰਸ ਨੂੰ ਕਹਿੰਦੇ ਸੀ ਇਹਨਾਂ ਦੇ ਯਾਰ ਆ ਦੋਸਤ ਹੈ ਹੁਣ ਸਾਰੇ ਤੁਹਾਡੇ ਬਾਰੇ ਕਹਿਣ ਲੱਗ ਪਏ ਤੁਹਾਡੇ ਪਾਕਿਸਤਾਨ ਨਾਲ ਜ਼ਿਆਦਾ ਸਾਂਝ ਹੈ ਪਾਕਿਸਤਾਨ ਨੂੰ ਤੁਸੀਂ ਪਸੰਦ ਹੋ ਇਮਰਾਨ ਨੇ ਕਹਿਤਾ ਕਿ ਪੁੱਲਰ ਸਾਹਿਬ ਇਹਦਾ ਕੀ ਜਵਾਬ ਦੋਗੇ ਦੇਖੋ ਇਸ ਤਰ੍ਹਾਂ ਇਹ ਸੱਚਾਈ ਹੈ ਕਿ ਇੰਟਰਨੈਸ਼ਨਲ ਜਿੰਨੀਆਂ ਵੀ ਮੇਨ ਪਾਵਰਸ ਨੇ ਉਹ ਵੀ ਚਾਹੁੰਦੇ ਨੇ ਕਿ ਇੰਡੀਆ ਦੇ ਵਿੱਚ ਕੋਈ ਨਾ ਕੋਈ ਐਸਾ ਵਿਅਕਤੀ ਆਏ ਜਿਹੜਾ ਕਿ ਸਟਰੋਂਗ ਹੋਏ ਨਾ ਕਿ ਐਸਾ ਆਏ ਕਿ ਜਿਹੜਾ ਗੱਲ ਕਰਨ ਜੋਗਾ ਹੀ ਨਾ ਹੋਵੇ ਔਰ 10-10 ਪਾਰਟੀਆਂ ਜਿਹਨੂੰ ਸਪੋਰਟ ਹੋਵੇ ਔਰ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਕਿ ਜਿਹਦੇ ਨਾਲ ਗੱਲ ਹੀ ਨਾ ਹੋਵੇ ਉਹਦੀ ਗੱਲ ਕਰਨ ਵਾਸਤੇ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਗੱਲ ਕਰੇ ਆ ਕੇ ਲਾਸਟ ਇਹੀ ਹੁੰਦਾ ਰਿਹਾ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖ ਲਓਗੇ ਜਿਹਦੇ ਵਿੱਚ ਇੱਕ ਮਿੰਟ ਦੀ ਗੱਲ ਕਰ ਲੈਂਦੋ ਆਈਡੀ ਜਦੋਂ ਜੋਗੀ ਦੀ ਇਲੈਕਸ਼ਨ ਹੋ ਰਹੀ ਸੀ ਉਦੋਂ ਕਿਉਂ ਹੋਇਆ ਸੀ ਟਰਾਂਸ ਦੀ ਗੱਲ ਸੁਣ ਕਰਾ ਰਿਹਾ जवाब दो सिंपल जा पाकिस्तान नेड़ता होगी देखो
हिंदुस्तान अज हर बंदा हर कंट्री जो नेता रखने को तैयार है, चाहे वह पाकिस्तान है, चाहे चाइना है, चाहे अमेरिका है, चाहे रशिया है, चाहे यूरोपियन कंट्रीज ने। नो नो नो, नहीं रखने क्यों नहीं रखने को तैयार है? आही रखने को तैयार है। विक्रम जी, लास्ट कमेंट बड़ा बड़ा मैं चर्चा समाप्त कर। विक्रम जीत, इस सब का यूएन ने जो ऐलान किया है पाबंदी लाइन का हासिल की है, सिर्फ वोट बैंक है या इस अलावा होर भी कुछ है? नहीं देखो, मोदी जी की कंसिस्टेंट यह रही है कि उन्होंने नैशनल सिक्योरिटी के जो मुद्दे पोलिटिकली एक्सप्लॉयट करने की पूरी कोशिश की है, और आई थिंक ये बहुत एक्सट्रीम थे मोदी जी की स्टेटमेंट दी है। उन्हें न्यूक्लियर बॉम्ब से उन्होंने स्टेटमेंट देती बारमेर के, ये दिवाली नहीं रखे, पहली बारी आई थिंक एक प्राइम मिनिस्टर ने ऐसी स्टेटमेंट दी है। और ऐसी स्टेटमेंट नॉर्थ कोरिया तो ज़्यादा आदि ने उन्होंने डिक्टेटर्स तो, या पाकिस्तान दी आई स्टेट मोदी साहब डिक्टेटर समझ रहे हो? आई थिंक ही वांट्स टू बी डिक्टेटर, टेंडेंसी है। सो आई थिंक एट वन लेवल इट इज़ दैट, एट द अदर लेवल एक इंडिया की फॉरन पॉलिसी और डिप्लोमेटिक पॉलिसी कंसिस्टेंटली थ्रू UPA, through NDA 1, through UPA and through UPA 2 and NDA again, is to jede global terrorist India de khilaf act kar rahe ne ja Pakistan inte unna nu UN vich sanction karwao, unna nu globally isolate karo, puri world community nu unna de khilaf karo, kyunki jab tak global consensus nahi aayega on terrorism ke there is no good terrorist or bad terrorist, terrorism is terrorism, ए स्क्राउज रहेगा इस दुनिया में। तो आई थिंक ए पार्ट ऑफ द गवर्नमेंट पॉलिसी है, एंड आई थिंक एनडीए गवर्नमेंट ने बड़ा वधिया कीता कि बड़ी एक अग्रेसिव और सस्टेन डिप्लोमेसी के बाद मसूद अजहर नू लिस्ट करवाया। ठीक ठीक है, फटाफट बोल दो। प्रज्ञा ठाकुर वर्गे नू जिहड़ा हैगा टिकट दे दिंदे आ, जिहड़ा दे उत्ते ब्लास्ट दे केस चल रहे तुसी तुसी पांड्या ब्रदर्स दी टाइम दे उत्ते 1950 चलो तुसी पांड्या ब्रदर्स दी लड़ाई जिहड़ा उत्ते दा हिसाब मतलब बहुत धन्यवाद, बहुत धन्यवाद, बहुत धन्यवाद। ए आर्गुमेंट बार-बार दोहराया जा चुका है, बहुत धन्यवाद। देवर जी मेरा तुहाडा हरजीत बोला तुहाडा आपका समझी से तुहाडा जिक्र से तुहाडा बहुत बहुत धन्यवाद, बहुत धन्यवाद सारे मेहमानों दा। मैं चर्चा समाप्त करनी है, चर्चा समाप्त करनी है। कमांतरी दहशतगर्द मसूद दे नाम ते वोटां दी खेती क्यों हो रही है? असी ये सवाल भी पूछा सीगा, असी सवाल ये हुण लास्ट छड़ के जा रहे हैं, मसूद अजहर ते पाबंदी नाल केड़ा टारगेट पूरा हो रहा? ग्लोबल टैररिज्म के खिलाफ टारगेट पूरा हो रहा, वोट बैंक पॉलिटिक्स पूरी हो रही है, पाकिस्तान को आइसोलेट करने वाला काम पूरा हो रहा, चाइना को नेड़े लियाने वाला काम पूरा हो रहा, जां अमेरिका दे नेड़े आने वाला काम पूरा हो रहा, जां आर्थिक तौर पर इस दे की प्रभाव पैने है कि है उसका काम पूरा हो रहा, जां हथियारों की खरीदो फरोख्त वाला काम पूरा हो रहा? बहुत सारे सवाल है कि है, अभी सारे सवाल पूछने की कोशिश की है कि है ये सवाल भविख की गोद में पे है कि इन्हों का जवाब हौली हौली मिलेगा, इलैक्शन रिजल्ट आएगा, उस तो बाद UN ने जी पाबंदी लाई है उसका नतीजा भी आएगा, पाकिस्तान कार्रवाई करेगा कि जमीन पर कार्रवाई उतरेगी कि नहीं, पाकिस्तान जो कहता है वो करता कि है, सवाल बहुत सारे है कि है ये सवाल बाकी है कि है, जो जो सवालों के जवाब मिलते जाएंगे मैं डिबेट करता रहूँगा। बहुत धन्यवाद।